ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਤੁਸੀਂ ਦੇਖ ਰਹੇ ਹੋ ਜਸ ਟੀਵੀ ਹੱਕ ਸੱਚ ਤੇ ਆਵਾਮ ਦੀ ਆਵਾਜ਼। ਦਰਸ਼ਕੋ ਲਾਸਟ ਕਰੀਬ 2 ਹਫ਼ਤੇ ਹੋ ਗਏ ਹੈ ਮੈਂ ਇੱਕ ਬੜੇ ਸੀਰੀਅਸ ਮੁੱਦੇ ਤੇ ਪ੍ਰੋਗਰਾਮ ਕਰ ਰਿਹਾ ਟੌਪਿਕ ਸੇਮ ਹੈ ਗੈਸਟ ਅਲੱਗ ਅਲੱਗ ਨੇ ਮੁੱਦਾ ਬੜਾ ਸੀਰੀਅਸ ਹੈ ਪਿੱਛੇ ਜੇ ਗੱਲ SYL ਦੀ ਚੱਲੀ ਸੀਗੀ ਆਲ ਆਫ ਸਡਨ ਪਤਾ ਨਹੀਂ ਆਟੋ ਬਲੂ ਕਿੱਥੋਂ ਆ ਗਿਆ ਇਹ ਨਾ ਤਾਂ ਕੋਈ ਇਲੈਕਸ਼ਨ ਹੈ ਨਾ ਲੈਣਾ ਨਾ ਦੇਣਾ ਰਾਜਸਥਾਨ 'ਚ ਇਲੈਕਸ਼ਨ ਹੈ ਪਰ ਉਹਦਾ ਕੋਈ ਜ਼ਿਆਦਾ ਲੈਣਾ ਦੇਣਾ ਇਹਦੇ ਨਾਲ ਹੈ ਨਹੀਂ ਆ ਪਰ ਫਿਰ ਵੀ ਅੱਡ ਅੱਡ ਤਰ੍ਹਾਂ ਨੇ ਅੱਡ ਅੱਡ ਪਾਰਟੀਆਂ ਨੇ ਆਪਦਾ ਯੂਨੋ ਪ੍ਰੋਟੈਸਟ ਵੀ ਕੀਤਾ ਬਹੁਤ ਜੋ ਵੀ ਹੋਇਆ ਹੁਣ ਸਨਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਡੇਟ ਵੀ ਆ ਜੋ ਵੀ ਆ ਦੇਖਾਂਗੇ ਆਪਾਂ ਉਹਨਾਂ ਚੀਜ਼ਾਂ ਦਾ ਪਰ ਸੋਚਣ ਪਛਾਣਨ ਵਾਲੀ ਗੱਲ ਇਹ ਹੈ ਕਿ ਜਿਹੜਾ ਪਾਣੀਆਂ ਦਾ ਮੁੱਦਾ ਹੈ ਬਾਰ ਬਾਰ ਬੁੱਧੀਜੀਵੀ ਜਿੱਦਾਂ ਲਾਸਟ ਹਫ਼ਤੇ ਡਾਕਟਰ ਧਰਮਵੀਰ ਗਾਂਧੀ ਆਪਾਂ ਨੂੰ ਦੱਸ ਰਹੇ ਸੀ ਕਿ 10-12 ਸਾਲਾਂ ਦੀ ਗੇਮ ਰਹਿ ਗਈ ਹੈ ਕੋਈ ਕਹਿੰਦਾ 5-7 ਸਾਲਾਂ ਦੀ ਗੇਮ ਰਹਿ ਗਈ ਹੈ ਉਸ ਤੋਂ ਬਾਅਦ ਥਲੜਾ ਪਾਣੀ ਖਤਮ ਹੋ ਜਾਏਗਾ ਫਿਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪੂਰੀ ਲੋਕਾਈ ਦੀ ਗੱਲ ਕਰੀਏ ਖਾਸ ਕਰਕੇ ਪੰਜਾਬ ਹਰਿਆਣਾ ਰਾਜਸਥਾਨ ਉਹਨਾਂ ਕਿੱਤਿਆਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਜੇ ਆਪਾਂ ਨਹਿਰੀ ਪਾਣੀ ਉੱਪਰੋਂ ਵੰਡ ਕੇ ਜੇ ਆਪਾਂ ਵਰਤਣ ਲੱਗ ਗਏ ਖਾਸ ਕਰਕੇ ਰਾਇਪੇਰੀਅਨ ਸਟੇਟ ਹੈ ਪੰਜਾਬ ਅਸੀਂ ਮੰਨਦੇ ਹਾਂ ਕਿ ਪਾਣੀ ਦੀ ਘਾਟ ਉੱਥੇ ਵੀ ਹੈਗੀ ਪੰਜਾਬ ਪੰਜਾਬੀਅਤ ਨੂੰ ਬੜਾ ਫਿਕਰ ਹੈ ਬਾਹਰ ਬੈਠੇ ਲੋਕ ਵੀ ਇਸ ਚੀਜ਼ ਦੇ ਉੱਤੇ ਬੜਾ ਆਪਦਾ ਫਿਕਰ ਮਹਿਸੂਸ ਵੀ ਕਰ ਰਹੇ ਔਰ ਦੱਸ ਵੀ ਰਹੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿੱਦਾਂ ਹੋਊਗਾ ਪਰ ਸੋਚਣ ਪਛਾਣਨ ਵਾਲੀ ਗੱਲ ਇਹ ਹੈ ਕਿ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਹਰਿਆਣੇ 'ਚ ਪਾਣੀ ਜਾਂਦਾ ਜਿਹੜੇ ਜ਼ਿਲ੍ਹਿਆਂ 'ਚ ਰਾਜਸਥਾਨ ਜਾਂਦਾ ਉੱਥੇ ਵੀ ਇਹਦੇ ਵਿੱਚ ਕੋਈ ਧਰਮ ਦੀ ਗੱਲ ਨਹੀਂ ਹੈ ਕੋਈ ਹੋਰ ਜਾਤ ਪਾਤ ਦੀ ਗੱਲ ਨਹੀਂ ਹੈ ਉਹ ਲੁਕਾਈ ਵੀ ਕੀ ਕਰੂਗੀ ਪਿੱਛੇ ਜੇ ਬਹੁਤ ਵੱਡਾ ਕਿਸਾਨ ਅੰਦੋਲਨ ਚੱਲਿਆ ਸਾਰਿਆਂ ਨੇ ਲੜਕੇ ਰਲ ਕੇ ਜਿਹੜੀ ਆ ਲੜਾਈ ਲੜੀ ਅਤੇ ਆਪਦੇ ਜਿਹੜੇ ਹੱਕ ਲੈ ਕੇ ਵਾਪਸ ਘਰਾਂ ਨੂੰ ਵਾਪਸ ਪਰਤੇ ਇੱਕ ਉਚੇਚੇ ਤੌਰ 'ਤੇ ਮਹਿਮਾਨ ਕੈਲੀਫੋਰਨੀਆ ਦੌਰੇ 'ਤੇ ਨੇ ਇਸ ਟਾਈਮ ਅਤੇ ਜਿਨ੍ਹਾਂ ਨੇ ਇਸ ਬਹੁਤ ਵੱਡੇ ਸੰਘਰਸ਼ ਨੂੰ ਅਗਵਾਈ ਬੜੀ ਯੋਗ ਅਗਵਾਈ ਦਿੱਤੀ ਉਹ ਇਸ ਟਾਈਮ ਕੈਲੀਫੋਰਨੀਆ ਦੌਰੇ 'ਤੇ ਨੇ ਬੜੀ ਛੇਤੀ ਤੁਹਾਨੂੰ ਉਹਨਾਂ ਨੂੰ ਕੈਲੀਫੋਰਨੀਆ ਸਾਡੇ ਸਟੂਡੀਓ ਤੋਂ ਵੀ ਰੂਬਰੂ ਕਰਾਵਾਂਗੇ ਕਿਸੇ ਹੋਰ ਪ੍ਰੋਗਰਾਮ ਦੇ ਜ਼ਰੀਏ ਪਰ ਅੱਜ ਜੋ ਇੱਥੇ ਕੈਲੀਫੋਰਨੀਆ ਸਾਡੇ ਨਾਲ ਜੁੜੇ ਹੋਏ ਨੇ ਮੇਰੇ ਕਹਿਣ ਤੋਂ ਭਾਵ ਕਿਸਾਨ ਨੇਤਾ ਜਿਨ੍ਹਾਂ ਨੇ ਬਹੁਤ ਵੱਡੀ ਲੀਡ ਕੀਤੀ ਸੀ ਕਿਸਾਨ ਅੰਦੋਲਨ ਨੂੰ ਸਰਦਾਰ ਬਲਵੀਰ ਸਿੰਘ ਰਾਜੇਵਾਲ ਸਾਡੇ ਨਾਲ ਬਣੇ ਹੋਏ ਨੇ ਪਾਣੀਆਂ ਦੇ ਮੁੱਦੇ 'ਤੇ ਗੱਲ ਕਰਾਂਗੇ ਰਾਜੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਜਸ ਪੰਜਾਬੀ ਦੇ ਮੰਚ 'ਤੇ ਬਹੁਤ ਬਹੁਤ ਮਿਹਰਬਾਨੀ ਜੀ ਸਰ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਅਮਰੀਕਾ ਦੀ ਧਰਤੀ 'ਤੇ ਕੈਲੀਫੋਰਨੀਆ ਦੀ ਧਰਤੀ 'ਤੇ ਅਸੀਂ ਸ਼ੁਕਰਗੁਜ਼ਾਰ ਹਾਂ ਤੁਸੀਂ ਆਪਦੇ ਰੁਝੇਵਿਆਂ 'ਚੋਂ ਟਾਈਮ ਕੱਢਿਆ ਅਤੇ ਇੱਥੇ ਆਏ ਹੋ ਅਤੇ ਅਸੀਂ ਫਿਰ ਸ਼ੁਕਰਗੁਜ਼ਾਰ ਹੋਵਾਂਗੇ ਜਿਸ ਦਿਨ ਤੁਸੀਂ ਸਾਡੇ ਸਟੂਡੀਓ ਤਸ਼ਰੀਫ ਲਾਏ ਕੀ ਕਹਿਣਾ ਚਾਹੋਗੇ ਸਫ਼ਰ ਕਿੱਦਾਂ ਦਾ ਰਿਹਾ ਸਫ਼ਰ ਕਿੱਦਾਂ ਇਨਫੈਕਟ ਮੈਂ ਬੜੀ ਦੇਰ ਤੋਂ ਚਾਹੁੰਦਾ ਸੀ ਕਿ ਜਿਹੜਾ ਅਸੀਂ 2021 ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਸਭ ਤੋਂ ਜ਼ਿਆਦਾ ਪਾਰਟੀਸਪੇਸ਼ਨ ਵਾਲਾ ਸਭ ਤੋਂ ਜ਼ਿਆਦਾ ਪੀਸਫੁਲ ਰਹਿਣ ਵਾਲਾ ਅੰਦੋਲਨ ਜਿੱਤਣ ਤੋਂ ਬਾਅਦ ਮੈਂ ਚਾਹੁੰਦਾ ਸੀ ਕਿ ਵਿਦੇਸ਼ੀ ਵਾਸਤੇ ਪੰਜਾਬੀਆਂ ਦਾ ਜਾ ਕੇ ਉੱਥੇ ਧੰਨਵਾਦ ਕੀਤਾ ਜਾਏ ਜਿੱਡਾ ਵੱਡਾ ਰੋਲ ਤੁਹਾਡਾ ਸੀ ਮੈਂ ਸਮਝਦਾ ਇਹਤੇ ਬਿਨਾਂ ਅੰਦੋਲਨ ਅਧੂਰਾ ਸੀ ਅੰਦੋਲਨ ਸ਼ਾਇਦ ਕਿਸੇ ਤਣ ਪੱਤਣ ਨਾ ਲੱਗਦਾ ਜੇ ਪੰਜਾਬੀ ਜਿਹੜੇ ਬਾਹਰ ਬੈਠੇ ਨੇ ਉਹਨਾਂ ਨੇ ਇੰਨਾ ਇਸ ਅੰਦੋਲਨ ਨੂੰ ਸਾਰੀ ਦੁਨੀਆ ਦੇ ਪੱਧਰ ਤੇ ਹਰ ਲੈਵਲ ਤੇ ਉਭਾਰਿਆ ਮੈਨੂੰ ਇਸ ਗੱਲ ਵਿੱਚ ਕੋਈ ਝਿਜਕ ਨਹੀਂ ਵੀ ਤੁਸੀਂ ਜਿਵੇਂ ਹਰ ਚੌਂਕ 'ਚ ਖੜ ਕੇ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕੀਤੀ ਜਿਵੇਂ ਤੁਸੀਂ ਹਰ ਸ਼ਹਿਰ ਵਿੱਚ ਤੁਸੀਂ UNO ਤੱਕ ਲੈ ਗਏ ਇਸ ਮੁੱਦੇ ਨੂੰ ਤੇ ਉਹਦਾ ਹੀ ਨਤੀਜਾ ਹੈ ਵੀ ਮੋਦੀ ਨੂੰ ਯੂਨੀਲੇਟਰਲੀ ਅਨਾਊਂਸ ਕਰਨਾ ਪਿਆ ਤਿੰਨੇ ਜਿਹੜੇ ਕਾਨੂੰਨ ਸੀ ਉਹਨਾਂ ਨੂੰ ਵਾਪਸ ਲੈਣ ਦਾ ਤੇ ਉਹਦੇ ਲਈ ਮੈਂ ਸਾਰੇ ਜਿਹੜੇ ਵਿਦੇਸ਼ੀ ਵੱਸਦੇ ਪੰਜਾਬੀ ਨੇ ਮੈਂ ਕਿਸਾਨ ਜਥੇਬੰਦੀਆਂ ਵੱਲੋਂ ਤਹਿ ਦਿਲੋਂ ਧੰਨਵਾਦ ਕਰਨ ਇੱਥੋਂ ਆਇਆ ਸਪੈਸ਼ਲੀ ਇੱਥੇ ਆ ਕੇ ਤੁਹਾਡਾ ਮੇਨ ਮਕਸਦ ਮੇਰਾ ਪੰਜਾਬੀਆਂ ਦਾ ਧੰਨਵਾਦ ਕਰਨਾ ਹੈ ਰਾਜੇਵਾਲ ਸਾਹਿਬ ਕੋਈ ਚੱਕਣ ਚੱਕੇ ਨਾ ਤਾਂ ਪਿੱਛੇ ਖੜਾ ਹੋਣਾ ਬਣਦਾ ਹੈ ਠੀਕ ਹੈ ਨਾ ਉਸ ਟਾਈਮ ਹਾਲਾਤ ਇਹ ਸੀਗੇ ਕਿ ਸਾਰਿਆਂ ਦੇ ਦਿਲਾਂ ਦੇ ਵਿੱਚ ਫਿਕਰ ਸੀ ਜੋ ਬਣ ਗਿਆ ਸੀਗਾ ਪਰ ਤੁਸੀਂ ਵਧਾਈ ਦੇ ਪਾਤਰ ਹੋ ਸਰ ਬੜੇ ਅਪ ਐਂਡ ਡਾਊਨ ਆਏ ਬੜੇ ਅਪ ਐਂਡ ਡਾਊਨ ਆਏ ਤੁਸੀਂ ਠੰਡਾਂ ਵੀ ਦੇਖੀਆਂ ਮੀਂਹ ਵੀ ਦੇਖੇ ਗਰਮੀਆਂ ਵੀ ਦੇਖੀਆਂ ਹੋਰ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਉੱਥੋਂ ਸਾਜ਼ਿਸ਼ਾਂ ਚੱਲ ਰਹੀਆਂ ਸੀ ਉਹਨਾਂ ਨੂੰ ਵੀ ਡੀਲ ਕੀਤਾ ਇਸ ਕਰਕੇ ਬੜੀ ਸਿਆਣਪ ਨਾਲ ਬੜੀ ਦ੍ਰਿੜਤਾ ਨਾਲ ਤੁਸੀਂ ਉਹ ਸੰਘਰਸ਼ ਲੜਿਆ ਸਰ ਸਾਰੇ ਸ਼ੁਕਰਗੁਜ਼ਾਰ ਹੈ ਤੁਹਾਡੇ ਸਾਰੇ ਹੋਰ ਜਿਹੜੇ ਕਿਸਾਨ ਲੀਡਰ ਸੀ ਉਹਨਾਂ ਦਾ ਸਰ ਉਹ ਹੋਈ ਨਹੀਂ ਬੜੀ ਗੱਲ ਹੁਣ ਇਹ ਹੈਗੀ ਹੈ ਕਿ ਹੁਣ ਤੁਸੀਂ ਇੱਕ ਹੋਰ ਵੱਡੇ ਅੰਦੋਲਨ ਦੀ ਤਿਆਰੀ ਦੇ ਵਿੱਚੋਂ ਜੋ ਚੱਲ ਰਿਹਾ ਇਸ ਟਾਈਮ ਉਹ ਹੈਗਾ ਵਾਟਰ ਕ੍ਰਾਈਸਿਸ ਮੈਂ ਮੰਨਦਾ ਜੀ ਪੰਜਾਬ ਦੇ ਵਿੱਚ ਪਾਣੀ ਘੱਟ ਹੈ ਜ਼ਮੀਨੀ ਪਾਣੀ ਦਾ ਤਾਂ ਹੁਣ ਬਹੁਤ ਥੋੜ੍ਹਾ ਟਾਈਮ ਰਹਿ ਗਿਆ ਅਤੇ ਦਰਿਆਈ ਪਾਣੀ ਜਿਹੜਾ ਹੈਗਾ ਤੁਸੀਂ ਫਿਕਰਮੰਦ ਹੋ ਮੈਂ ਪਿਛਲੇ 2-3 ਹਫ਼ਤਿਆਂ ਤੋਂ ਅੱਡ ਅੱਡ ਡਾਕਟਰ ਧਰਮਵੀਰ ਗਾਂਧੀ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨਾਲ ਪ੍ਰੋਗਰਾਮ ਕਰ ਰਿਹਾ ਕਿ SYL ਦਾ ਮੁੱਦਾ ਇੰਨੀ ਕਿਉਂ ਇੱਕੋਦਮ ਖੜਾ ਹੋ ਗਿਆ ਉਹਨਾਂ ਨੇ ਐਕਸਪਲੇਨ ਕੀਤਾ ਆਪਦੇ ਢੰਗ ਨਾਲ
पर मैं ये दसो कि हूँ तुम्हें किदा लग्या कि यह दरियाई पानी जो पंजाब का हक है राजपेरियन स्टेट है मैं बिल्कुल एग्री करता हाँ तुम्हें किदा लग्या कि हूँ यह लड़ाई लड़नी पैनी एक बार फिर मैं पंडाल साहब एक पहले स्पष्ट करा जो पिछला अंदोलन से वो भी 2017 च मैं आरंभ कर दिता सी एक ग्राउंड तैयार करने वास्ते 2 साल लग गए सी ते फिर सारियां किसान जथेबंदियां इकट्ठियां करके एडा वड्डा अंदोलन लड़ सके उत्थों आके मैं महसूस किया भी जे मेरे कोल कुछ रिपोर्ट्स आईयां जिहदे मुताबक ये सी भी पंजाब दा पानी खत्म होने किनारे है। एक 2012 की स्टडी है जिदे विच तुहाडी इत्थे एक अमेरिका की यूनिवर्सिटी है, एक इजराइल की यूनिवर्सिटी है, एक कैनेडा की यूनिवर्सिटी है, IIT खड़गपुर ते IIT रुड़की की एक सांझी स्टडी है। उन्होंने 2012 च स्टडी करके कहा कि जिस हिसाब नाल पंजाब दा पानी धरती हेठों खिंचया जा रहा है इस हिसाब नाल 2030 तक पंजाब दा पानी खत्म हो जाएगा और पंजाब बंजर हो जाएगा। मैं उस रिपोर्ट नूं देख के बहुत गंभीरता नाल जदों इहदे ते सोचिया काम किया तो मैनूं लग्या भी 2030 भी नहीं क्योंकि 2012 में जो उन्होंने स्टडी किया उसके बाद पानी की कंजम्पशन उस वेले नालों कितने ज्यादा बढ़ गई ते जे वो अकाउंट फॉर करिए तो मैनूं लगता है 4-5 साल में पंजाब का धरती हेठला पानी खत्म हो जाएगा। उन्होंने उस रिपोर्ट च लिखा भी उपरलिया दो तह साढ़े को 330 बिलियन क्यूबिक मीटर पानी टोटल 3 तह सी दो तह खत्म हो गई जी लास्ट लेयर चो अज असीं कढ रहे हां 50.75 बिलियन क्यूबिक मीटर पानी है ਇਹਦੇ ਚੋਂ ਤਕਰੀਬਨ 35 ਬਿਲੀਅਨ ਕਿਊਬਿਕ ਮੀਟਰ ਪਾਣੀ ਅਸੀਂ ਹਰ ਸਾਲ ਪੰਪ ਕਰੀ ਜਾ ਰਹੇ ਹਾਂ। 26 ਰੀਚਾਰਜ ਹੁੰਦਾ ਹੈ, 9 ਦਾ ਗੈਪ ਹੈ। 9 ਦਾ ਜਿਹੜਾ ਗੈਪ ਹੈ ਉਹ ਜਿਸ ਹਿਸਾਬ ਨਾਲ ਅਸੀਂ ਪਾਣੀ ਕੱਢ ਰਹੇ ਹਾਂ ਮੈਨੂੰ ਲੱਗਦਾ ਹੈ ਵੀ 4 ਸਾਲਾਂ ਬਾਅਦ ਔਰ ਐਤਕੀ ਤੁਹਾਨੂੰ ਇੱਕ ਖਬਰਾਂ ਤੁਸੀਂ ਜ਼ਰੂਰ ਦੇਖੀਆਂ ਹੋਣੀਆਂ ਮਲੇਰਕੋਟਲੇ ਜ਼ਿਲ੍ਹੇ ਦਾ ਅਮਰਗੜ੍ਹ ਇਲਾਕਾ, ਮਲੇਰਕੋਟਲਾ ਇਲਾਕਾ, ਧੂਰੀ ਇਲਾਕਾ ਇਹ ਕੁਛ 3-4 ਇਲਾਕਿਆਂ ਦੇ ਕਿਸਾਨਾਂ ਨੇ ਕੰਟੀਨਿਊਸਲੀ ਇੱਕ ਧਰਨਾ ਦਿੱਤਾ ਵੀ ਉਹਨਾਂ ਦੇ ਬੋਰ ਬੈਠ ਕੇ ਲਾਰਜ ਸਕੇਲ ਤੇ ਉਹਨਾਂ ਦੀ ਨਵੇਂ ਬੋਰ ਕਰਾਉਣ ਦੀ ਕਪੈਸਿਟੀ ਨਹੀਂ, 500 ਫੁੱਟ ਤੇ ਉੱਥੇ ਪਾਣੀ ਚਲਾ ਗਿਆ। ਸਾਡੇ ਇੱਕ ਗੱਲ ਰਿਐਲਿਟੀ ਹੈ, ਮੈਨੂੰ ਇਸ ਗੱਲ ਦਾ ਅਫਸੋਸ ਹੈ ਵੀ ਦੇਰ ਨਾਲ ਹੀ ਸਹੀ ਚਲੋ ਫਿਰ ਵੀ ਕੁਛ ਕੀਤਾ ਭਾਰਤ ਸਰਕਾਰ ਨੇ ਪਿਛਲੇ ਪਾਰਲੀਮੈਂਟ ਇਜਲਾਸ ਵਿੱਚੋਂ ਰਿਪੋਰਟ ਪੇਸ਼ ਕਰਕੇ ਕਿਹਾ ਗਿਆ ਬਈ ਪੰਜਾਬ ਦਾ ਜਿਹੜਾ ਪਾਣੀ ਦਾ ਕ੍ਰਾਈਸਿਸ ਹੈ ਦੇਸ਼ ਵਿੱਚ ਸਭ ਤੋਂ ਵੱਧ ਹੈ। ਭਾਰਤ ਸਰਕਾਰ ਨੇ ਇਹ ਐਡਮਿਟ ਕੀਤਾ ਤੇ ਜੇ ਪੰਜਾਬ ਵਿੱਚ ਪਾਣੀ ਨਹੀਂ, ਪੰਜਾਬ ਨੇ 5 ਆਬ ਨਹੀਂ ਰਹਿਣਾ, ਫਿਰ ਇਹ ਸੋਚਣਾ ਬਣਦਾ ਵੀ ਸਾਡੀ ਸਥਿਤੀ ਕੀ ਹੈ। ਅਨਫੋਰਚੁਨੇਟ ਪਹਿਲੂ ਇਹ ਹੈ ਵੀ ਸਾਡੀ ਜਿੰਨੀ ਲੀਡਰਸ਼ਿਪ ਹੁਣ ਤੱਕ ਰਾਜ ਭਾਗ ਦੇ ਵਿੱਚ ਕਿਸੇ ਵੀ ਸਮੇਂ ਰਹੀ ਉਹਨੇ ਕੰਸਟੀਟਿਊਸ਼ਨ ਦੇ ਮੁਤਾਬਕ ਕਦੀ ਵੀ ਸਟੈਂਡ ਨਹੀਂ ਲਿਆ, ਹਰ ਵੇਲੇ ਆਪਣੀ ਕੁਰਸੀ ਨੂੰ ਬਚਾਉਣ ਵਾਸਤੇ ਕੋਈ ਨਾ ਕੋਈ ਗਲਤੀ ਕਰਦੇ ਰਹੇ। ਇਹਦੇ ਵਿੱਚ ਹਮਾਮ 'ਚ ਸਾਰੇ ਨੰਗੇ ਨੇ, ਕਿ ਕਿਸੇ ਇੱਕ ਨੂੰ ਬਲੇਮ ਕਰਨ ਵਾਲੀ ਗੱਲ ਨਹੀਂ। ਅੰਗਰੇਜ਼ ਨੇ ਆਜ਼ਾਦੀ ਤੋਂ ਪਹਿਲਾਂ ਜਦੋਂ ਮਹਾਰਾਜਾ ਬੀਕਾਨੇਰ ਨੇ ਪਾਣੀ ਮੰਗਿਆ ਉਹਨੂੰ 2 ਵਾਰ ਰਿਫਿਊਜ਼ ਕੀਤਾ, 2 ਵਾਰ ਦੇ ਬਾਅਦ ਉਹਨਾਂ ਨੇ ਹਿਊਮੈਨੀਟੇਰੀਅਨ ਗਰਾਊਂਡ ਤੇ ਪਾਣੀ ਉਹਨੂੰ ਦਿੱਤਾ ਪਰ ਉਹਦੀ ਕੀਮਤ। ਇਸੇ ਤਰ੍ਹਾਂ ਜਿਹੜੀਆਂ ਉਸ ਵੇਲੇ ਰਿਆਸਤਾਂ ਸੀ, ਪਟਿਆਲਾ ਰਿਆਸਤ, ਜੀਂਦ ਰਿਆਸਤ, ਕਪੂਰਥਲਾ ਰਿਆਸਤ, ਉਹਨਾਂ ਨੂੰ ਵੀ ਪਾਣੀ ਦਿੱਤਾ ਪਰ ਮੁੱਲ ਦਿੱਤਾ, ਉਹ ਸਾਨੂੰ ਪੈਸੇ ਤਾਰਦੇ ਰਹੇ। 1995 ਤੋਂ ਬਾਅਦ ਰਾਜਸਥਾਨ ਨੇ ਵੀ ਆਪਣੇ ਪੈਸੇ ਦੇਣੇ ਬੰਦ ਕਰਤੇ, ਦੂਜੀਆਂ ਸਟੇਟਾਂ ਤੋਂ ਪੰਜਾਬ 'ਚ ਮਰਜੇ ਹੋ ਗਈਆਂ। ਹੁਣ ਅੱਜ ਦੀ ਸਥਿਤੀ ਸਾਡੀ ਇਹ ਹੈ ਵੀ ਦੇਖੀਏ ਜਿਸ ਕੰਸਟੀਟਿਊਸ਼ਨ ਨੂੰ, ਕੰਸਟੀਟਿਊਸ਼ਨ 'ਚ ਸਟੇਟ ਲਿਸਟ 'ਚ 17 ਨੰਬਰ 'ਤੇ ਪਾਣੀ ਦਰਜ ਹੈ, ਇਹਦਾ ਮਤਲਬ ਇਹ ਸਟੇਟ ਸਬਜੈਕਟ ਹੈ। ਸਟੇਟ ਸਬਜੈਕਟ ਹੈ ਤਾਂ ਸੈਂਟਰਲ ਗਵਰਨਮੈਂਟ ਇਹਦੇ 'ਚ ਦਖਲ ਨਹੀਂ ਦੇ ਸਕਦੀ। ਪਰ 1955 ਵਿੱਚ ਜਦੋਂ ਵਰਲਡ ਬੈਂਕ ਦੀ ਸਾਲਸੀ ਮੁਕਰਰ ਕਰਤੀ ਪਾਕਿਸਤਾਨ ਦੇ ਰੌਲੇ ਰੱਪੇ ਤੋਂ ਬਾਅਦ UNO ਨੇ, ਤਾਂ ਕਾਲੀ ਕਾਲੀ 'ਚ ਪਾਣੀ ਦੀ ਵੰਡ ਹੋਈ ਜਿਹੜਾ ਰਾਜਸਥਾਨ ਦਾ ਪਾਣੀ ਦੁੱਗਣਾ ਕਰਤਾ। ਔਰ ਸਾਡੇ ਉਸ ਵੇਲੇ ਦੀ ਲੀਡਰਸ਼ਿਪ ਨੇ ਵੀ ਇਹ ਧਿਆਨ ਨਹੀਂ ਕੀਤਾ ਵੀ ਸਾਨੂੰ ਪਾਣੀ, ਪੰਜਾਬ ਦੀ ਆਪਣੀ ਲੋੜ ਕਿੰਨੀ ਹੈ। ਉਹ ਧਰਤੀ ਵਾਲੇ ਪਾਣੀ ਨੂੰ ਇਹ ਕਹੀ ਗਏ ਵੀ ਸਾਡੇ ਕੋਲ ਬਹੁਤ ਪਾਣੀ ਹੈ, ਔਰ ਉਦੋਂ ਕਿਸੇ ਤਰ੍ਹਾਂ ਤੁੱਥ-ਮੁੱਥ ਜੋ ਹੋ ਗਈ ਵੰਡ ਹੋ ਗਈ। ਉਹਦੇ ਬਾਅਦ 1966 ਵਿੱਚ ਜਦੋਂ ਰੀਓਰਗਨਾਈਜੇਸ਼ਨ ਐਕਟ ਲਿਖਿਆ ਗਿਆ, ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਕਿਸੇ ਸਟੇਟ ਦਾ ਰੀਓਰਗਨਾਈਜੇਸ਼ਨ ਐਕਟ ਇੰਨਾ ਇਸ ਤਰ੍ਹਾਂ ਦਾ ਨਹੀਂ ਲਿਖਿਆ ਗਿਆ ਜਿੰਨਾ ਦਾ ਸਾਡਾ। ਕਿਸੇ ਸਟੇਟ ਦੇ ਪਾਣੀਆਂ ਦੇ ਵਿੱਚ ਦਖਲ ਦੇਣ ਵਾਸਤੇ ਰੀਓਰਗਨਾਈਜੇਸ਼ਨ ਐਕਟ ਵਿੱਚ ਕੋਈ ਧਾਰਾ ਐਸੀ ਨਹੀਂ ਪਾਈ ਗਈ ਜਿਸ ਤਰ੍ਹਾਂ ਸਾਡੇ ਧਾਰਾ 78-79-80 ਪਾ ਕੇ ਕੇਂਦਰ ਸਰਕਾਰ ਨੇ ਪਾਣੀਆਂ ਦੇ ਮਸਲੇ 'ਚ ਆਪਣਾ ਹੱਥ ਫਸਾਉਣ ਦਾ ਅਧਿਕਾਰ ਲੈ ਲਿਆ। ਜਦੋਂ ਇਹ ਸਟੇਟ ਸਬਜੈਕਟ ਹੈ, ਨਾ ਸੈਂਟਰਲ ਗਵਰਨਮੈਂਟ ਨਾ ਸੁਪਰੀਮ ਕੋਰਟ ਇਹਦੇ 'ਚ ਦਖਲ ਦੇ ਨਹੀਂ ਸਕਦੀ। ਸਾਡੇ ਲੀਡਰਸ ਨੂੰ ਜਦੋਂ ਪਾਣੀ ਦੀ ਗੱਲ ਆਉਂਦੀ ਸੀ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਇਟਸ ਸਟੇਟ ਸਬਜੈਕਟ, ਤੁਸੀਂ ਇਹਦੇ 'ਚ ਇੰਟਰਫੇਅਰ ਨਹੀਂ ਕਰ ਸਕਦੇ। ਅਸੀਂ ਜਿਹੜੀ ਉਹ ਲੜਾਈ ਜਿੱਤ ਗਏ ਉਹ ਇੱਕੋ ਗੱਲ 'ਤੇ ਅਸੀਂ ਵਿਜੇਂਦਰ ਰਹੇ
भाई तुसी ये कानून बढ़ा ही नहीं सकते क्योंकि स्टेट सब्जेक्ट है। इसे तरह पानी स्टेट सब्जेक्ट है, इरीगेशन स्टेट सब्जेक्ट है, ते इहदे विचों दखल दे ही नहीं सकते। लीडरशिप नूं जिहड़ी समय समय सिर अड़ना चाहीदा सी, इस गल ते अड़ना चाहीदा सी, तुहाडा कोई कम नहीं। दो ही तरीके ने, जे तां कोई स्टेट राइपेरियन स्टेट होवे साडे दरियावां दे विच, फिर तां उह पानी क्लेम कर सकदे आ, इह कोई है नहीं। या इंटर स्टेट रिवर्स होण, साडे दरिया इंटर स्टेट रिवर्स भी है नहीं, उह फिर पानी नहीं क्लेम कर सकदे। लाइनिंग बहुत वधिया, अंकड़े बहुत वधिया, और जो तुसीं गल कर रहे हो उत्थे। हुण मैं तुहानूं दो क्वेश्चन पुछदा, आराम नाल तसली नाल दोनों का जवाब दे दो, ताकि जिहड़ी गलत फहमियां हैगियां कई बुद्धिजीवियों के दिमाग च इत्थे आ उत्थे वह भी निकल जाण। पहली गल तो जिहड़ा किसान अंदोलन सीगा उहदे विच बहुत ज़्यादा जथेबंदियां बाहरों, पंजाब तो बाहरों भी रल गईयां, स्टेटां रल गईयां, उत्तर प्रदेश तो लैके ऑल द वे साउथ तक, तो राजस्थान तो हरियाणा तो तुहाडे नाल सीगे ही सीगे। हुण जदों आ काम होणा उहदे विच मिसलीड जिहड़ा हुंदा ना वी किसे नूं गलत फहमी मिसलीड कीता जाऊगा, ठीक है, जो पानी राजस्थान नूं जांदा है उहदे विच क्वांटिटी च फर्क हो सकदा कि तुसीं इन्ना देना चाहुंदे हो, उधर ज़्यादा जा रहा या घट जा रहा, या हरियाणे नूं, पर उहदे विच इह होऊगा कि उन्हां लोकां नूं तुहाडे अगेंस्ट खड़ा किया जाऊगा। गल्लां होर भी बहुत ने अगेंस्ट खड़ा कर दियां, बाद दी बाद च करदे आ। दूजा, श्री गंगानगर दे विच रैली करदे भगवंत मान जी, जिहड़े माननीय अपने मुख्यमंत्री ने पंजाब दे, उह कहिंदे कि साडी सरकार बना दिओ, तुहानूं इन्ने 12,000 क्यूसिक जा रहा सी, 18,000 कर देंगे। एक पासे पंजाब वाटर क्राइसिस नाल जूझ रहा है, ठीक है, ये तो हो गया, उहदे तों तुसीं दसो। तीसरा एक हैगा कि उत्थों दे राजस्थान दे किसान लीडर संत वीर सिंह मौनपुरा जी, वो कहिंदे कि असीं जिहड़ा पिछे एक्सट्रा पानी मंगिया सिर्फ नहर यूज़ करन लई, उहदा वी बाद च थोड़ा जिहा कर दिओ। तुसीं आराम नाल तसली नाल तिन्नां दे जवाब दे दो। इस तरह है, जदों राजस्थान ने पानी की जिहड़ी जिक्र करदे ने मांग की, उस वेले साडे जिहड़े फाजिलका जिले के किसान ने, उन्होंने गंगानगर वाली मेन रोड बंद की हुई सी, इस करके भी बंदी करके उन्होंने जोड़े बाग से वह सुखा दिते, और उस इलाके का जोड़ा धरती हेठला पानी वह सैलाइन वाटर है, वो नहर का पानी मिक्स करके वो फसल में लाते हैं, और उन्होंने फिल्टर करके फिर घर पीने के काम भी उ आता है। अदरवाइज उत्ते जाके पिंड देखो, कई पिंड ने अभी भी बोर्ड लाए हुए है, पिंड बकाऊ है, क्योंकि पानी नहीं, पानी तो बिना लाइफ नहीं। एक गल दूसरी, जदों साडे बंदिया ने उत्थे साडी जथेबंदी ने 45 दिन धरना दिता पानी की मंग नूं लैके, तां राजस्थान नूं पानी बिला नागा लगातार जा रहा सी, और जिहड़ियां नहरां दी जिहड़ी सैंक्शनड कपैसिटी सी पानी देण दी 1500 क्यूसिक दी, उत्थे साडी एजिटेशन दा नतीजा इह होया वी भारत सरकार ने उत्थे पानी मिलण वास्ते मशीनां ला दित्तियां। उहनां मशीनां तों गल साफ होई भई 1500 की बजाए 2800-2850 क्यूसिक पानी राजस्थान में जाने लग गया, और उस दौरान साढ़े मुख्यमंत्री को पता नहीं की होया, नहीं होंदा तो भी सरकार लैवल से कोई गल टेकअप करे तो समझ पैंदी है, राजस्थान की सरकार ने नहीं टेकअप किया। एक हनुमान सिंह मैंबर पार्लीमेंट है किसी नवी बनी पार्टी का, वह तो हनुमान बैनीवाल, इन्हां नूं सारिआं नूं बठिंडे इक मीटिंग करदे ने मुख्यमंत्री जी, उन्हां नूं अंदर खाते कहिंदे ने भी पानी तुहानूं दे दांगे, तुसीं बाहर जाके रौला ना पाओ, और उस मीटिंग विच चीफ सैकटरी BBMB दे अधिकारी सारे, प्रिंसीपल सैकटरी इरीगेशन, सारा अमला पहला ऐ लैके गए जिवें बहुत ही इंपोर्टेंट मीटिंग उन्हां दी कोई बेलण च मां आई है, उन्हां नूं जवाब दे होणा पैणा है। और उह गल उदों ही नंगी हो गई जदों हनुमानगढ़ जाके लोकां ने दिवाली मनाई, उन्होंने कहा भी असीं इस सरकार तो की लेना है, सानू जे आम आदमी पार्टी वाले पानी दिंदे ने असीं उन्हां दी सरकार बनावांगे, इदां दा आतिशबाजी छड्डी लोकां ने पटाखे चलाए उदों ही एक्सपोज हो गया। ये तो बिना गंगानगर जांदे आ साडे मुख्यमंत्री जी, ये कहिंदे साडी सरकार बना दो, जिन्ना पानी तुहानूं चाहिए असीं देवांगे। फिर हरियाणे दे विच इक रैली हुंदी है, उत्थे केजरीवाल जी ते साडा खजाना मंत्री दोवें एक स्टेज ते बैठे ने, केजरीवाल जी कहिंदे ने साडी सरकार बना दिओ, तुहाडे एक एक खेत नूं पानी असीं लावांगे। इहदा मतलब इस पार्टी दी जिहड़ी अंदरली मानसिक दशा उह तां स्पष्ट हो गई ना, और इही अज उहनां ते इल्जाम लगदा वी सुप्रीम कोर्ट च जदों तरीक आई उहनां ने ठीक ढंग नाल केस नहीं लड़िया, और सुप्रीम कोर्ट बजित है भई असीं नहर कढ़णी है। मैं इक इत्थे जिक्र होर करांगा जिहड़ी तुहाडे किसी दे नोटिस च नहीं, जदों जनवरी दे एंड विच सुप्रीम कोर्ट विच केस लग्गिया, मैं 3 जनवरी नूं सुप्रीम कोर्ट दे चीफ जस्टिस नूं चिट्ठी लिखी, मैं उहनां नूं कहा कि जज साहब लोग समझदे आ कि सुप्रीम कोर्ट दे जिहड़े जजिस ने इहनां दी कोई ईगो नहीं हुंदी,
इन्होंने कॉन्स्टिट्यूशन और कानून को ध्यान च रख के इंसाफ देना होंगे, पर जिस तरह का एस वाई एल जजिस कर लगे ने उतो शक हो लगे है कि सुप्रीम कोर्ट भी ईगो प्रॉब्लम है। इस तो पहला कि तुसी कोई फैसला दो, मैं तुहानू बेनती करांगा भी पहला सब तो पंजाबियों की मनोदशा समझने की कोशिश करो। वो चिट्ठी च फिर मैं अगे तथ्य लिखिया, मैं लिखिया भी जज साहब पंजाब के लोग वो लोग ने जिन्होंने देश की आजादी सब तो वध फांसियां ते चढ़े, जिन्होंने देश की आजादी सब तो वध काले पानियां की सजा कट्टी और 10 लाख पंजाबियों दी लाशां दे उत्ते इत्थे साडी आजादी खड़ी है। ये वो लोग ने हाले ते आके सैटल नहीं सी होए, चीन ने हमला करता ते असी हिकड़ा के लड़े। उसके बाद साढ़े प्रधानमंत्री ने पंडित नेहरू ने अपील करती भी देश गरीब है, पैसे है नहीं, तो नैशनल डिफेंस वास्ते कंट्रीब्यूट करो। ए दिस इज ऑन रिकॉर्ड के 17 क्विंटल 20 किलो सोना कले पंजाबियों ने दान किया, सारे देशवासियों ने 18 किलो। जिहड़ा कैश कैश जमा होया वो 98% साडा। फिर मैं उन्होंने कहा भी इत्थे ही गल नहीं, तुसी जे जदों भुखमरी आई तो तुसी पंजाबियों नूं अपील की भी देश अन्न संकट नाल जूझ रहा है, देश की मदद करो। असीं 3 सालां विच तुहानूं फूड सरप्लस बनाता। ये वो लोग ने जदों देश नूं लोड़ हुंदी है सब तो मूहरी होकर अपना रोल अदा करते ने। इन्हां नूं एक तकलीफ है भी अज पानी की लोड़ है ते तुसी संविधान अनुसार कोई फैसला करन दी बजाए इन्हां नूं एस वाई एल करके चढ़ाउंदे हो। एस वाई एल दे हेठां बहुत खून पै चुका। मैं इत्थे इक जिक्र होर करांगा, जदों एस वाई एल बंद हुई है उस तो पहला मैं एडमिट करदा सानू असीं उदों डीपली नहीं सी कोख्या, मैं ते अजमेर सिंह लखोवाल असीं लोहंड खड्ड तक पेंटा मोढ़ियां ते रख के इहदी अलाइनमेंट बदली करन दी डिमांड रख के असीं सारा सर्वे करदे फिरदे सी ते असीं सरकार नूं कहा सी इत्थों नहर नहीं कढ़न देनी, साडा मोहाली जिला सारा पानी कोलों तरसदा है, इहदी चंडीगढ़ दे उपर दी अलाइनमेंट करो। असीं जदों नहर पट्टण लगे पथरेड़ी तो असीं टेंडर ला लिया, उत्थों इहनां दी मशीनरी भजाती, उत्थे 1.5 महीना टेंट लगे रहे। उत्थे बाद इन्होंने आके मजात पिंड कोलों चूनी दे कोल उत्थे पट्टनी शुरू करते सी, उत्थे रोकते इन्होंने साडे वर्कर सारे पंजाब च फड़ फड़ के जेलां च टुन्नते। एक सुहिरद सज्जन ने बरनाला साहब मुख्यमंत्री सी उन्हां नाल मीटिंग कराई, मैं ते अजमेर सिंह लखोवाल उन्हां नाल गल करन गए। पर इहदे च जे मैं कहां कोई अकाली कहणगे भी असीं बरी हाँ, मैं फस्ट हैंड इनफॉर्मेशन दे रहा सी। जदों गए मैं पहला तो लड़िया मुख्यमंत्री नाल भी तुसीं तां कांग्रसियां नालों भी भैड़े हो, तुसीं कहिंदे जट अकाली जट, फाड़ी वढ़दे किसान फड़ के अंदर देते। ਉਹ ਸਾਨੂੰ ਕਹਿਣ ਲੱਗਿਆ ਮੈਂ ਨਹੀਂ ਅਫਸਰਾਂ ਨੇ ਦਿੱਤੇ। ਮੈਂ ਕਿਹਾ ਫਿਰ ਯਾ ਤਾਂ ਤੂੰ ਨਲਾਇਕ ਚੀਫ ਮਿਨਿਸਟਰ ਹੈ ਜਾਂ ਸਾਡੇ ਕੋਲ ਝੂਠ ਬੋਲਦਾ। ਉਹਨੇ ਕਿਹਾ ਵੀ ਦੱਸੋ ਕੀ ਕਰਨਾ ਸੀਗਾ, ਪਹਿਲਾਂ ਕਿਸਾਨਾਂ ਨੂੰ ਛੱਡੋ, ਮੁਆਫ਼ੀ ਮੰਗੋ ਤੁਸੀਂ ਗਲਤੀ ਕੀਤੀ ਹੈ, ਫਿਰ ਸਾਡੇ ਨਾਲ ਬੈਠ ਕੇ ਗੱਲ ਕਰੋ। ਉਹਨਾਂ ਨੇ ਕਿਸਾਨ ਛੱਡਤੇ। ਤੀਸਰੇ ਦਿਨ ਸਾਨੂੰ ਸੱਦ ਲਿਆ, ਸਾਨੂੰ ਬਰਨਾਲਾ ਸਾਹਿਬ ਕਹਿੰਦੇ ਨੇ ਵੀ ਦੇਖੋ ਜਿੰਨੇ ਪੈਸੇ ਕੰਪਨਸੇਸ਼ਨ ਲੈਣਾ ਹੈ ਜਿੰਨਾ ਮਰਜ਼ੀ ਲੈ ਲਓ ਦੇ ਦੇਣਾ, ਪਰ ਮੈਨੂੰ ਨਹਿਰ ਕੱਢਣ ਤੋਂ ਨਾ ਰੋਕੋ, ਮੇਰੀ ਸਰਕਾਰ ਤੋੜ ਦੇਣਗੇ ਟੀਮਾਂ ਨੇ ਇਹਦੇ। ਇਸੇ ਤਰ੍ਹਾਂ ਹਰ ਚੀਫ ਮਿਨਿਸਟਰ ਸੈਂਟਰ ਤੋਂ ਡਰਦਾ ਰਿਹਾ ਔਰ ਹਰਿਆਣਾ ਰਾਜਸਥਾਨ ਇੱਦਾਂ ਪਾਣੀ ਕਲੇਮ ਕਰਨ ਲੱਗ ਪਏ ਜਿਵੇਂ ਉਹਨਾਂ ਦਾ ਕੋਈ ਜੱਦੀ ਹੱਕ ਹੁੰਦਾ ਹੈ। ਤੋਂ ਮੈਂ ਚੀਫ ਜਸਟਿਸ ਨੂੰ ਲਿਖਿਆ ਵੀ ਜੱਜ ਸਾਹਿਬ ਮੈਨੂੰ ਦੱਸਿਓ ਕੋਈ ਦੇਸ਼ ਵਿੱਚ ਹੋਰ ਇੱਕ ਵੀ ਐਸਾ ਫੈਸਲਾ ਤੁਹਾਡਾ ਕੋਈ ਹੈ ਜਿੱਥੇ ਤੁਸੀਂ ਨੌਨ ਰਾਈਪੇਰੀਅਨ ਸਟੇਟ ਨੂੰ ਪਾਣੀ ਦਿੱਤਾ ਹੋਵੇ। ਗੁਜਰਾਤ ਸਾਡੇ ਪ੍ਰਧਾਨ ਮੰਤਰੀ ਨੇ ਪਿਛਲੇ ਦਿਨੀ ਇੱਕ ਡੀਂਗ ਮਾਰੀ ਹੈ। ਅਸਲੀਅਤ ਇਹ ਸੀ ਗੁਜਰਾਤ ਨੇ ਜਦੋਂ ਰਾਜਸਥਾਨ ਨੇ ਪਾਣੀ ਮੰਗਿਆ ਨਰਮਦਾ ਚੋਂ, ਸੁਪਰੀਮ ਕੋਰਟ ਨੇ ਕਿਹਾ ਯੂ ਆਰ ਨੋਟ ਏ ਰਾਈਪੇਰੀਅਨ ਸਟੇਟ, ਜੇ ਪਾਣੀ ਲੈਣਾ ਗੁਜਰਾਤ ਨਾਲ ਗੱਲ ਕਰਕੇ ਲੈ ਲਓ। ਗੁਜਰਾਤ ਨੇ ਪਾਣੀ ਮੁੱਲ ਦਿੱਤਾ, ਮੁਫ਼ਤ ਨਹੀਂ ਪ੍ਰਧਾਨ ਮੰਤਰੀ ਨੇ ਦਿੱਤਾ, ਅਤੇ ਸਾਡੀ ਪਾਣੀ ਦੀ ਵਾਰੀ ਉਹ ਫਾਰਮੂਲਾ ਕਿੱਥੇ ਗਿਆ ਜੀ? ਮੈਂ ਸਮਝਦਾ ਵੀ ਮੈਂ ਇਹਦੇ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਉਸ ਮੋਰਚੇ 'ਤੇ ਫੌਰਨ ਬਾਅਦ। ਪਿਛਲੇ ਸਾਲ 5 ਅਗਸਤ ਨੂੰ ਅਸੀਂ ਇੱਕ ਵੱਡਾ ਇਕੱਠ ਕਰਕੇ ਨੋਟਿਸ ਦਿੱਤਾ ਹੈ ਅੰਦੋਲਨ ਦਾ। ਉਹਦੇ ਬਾਅਦ ਸਾਡੀ ਸਮੱਸਿਆ ਖੜੀ ਹੋ ਗਈ, ਜੀਰੇ ਮੋਰਚਾ ਲੱਗਿਆ ਸੀ ਉਹ ਜਿਹੜਾ ਮੈਲਬਰੋਜ਼ ਵਾਲਿਆਂ ਸੀਗੇ, ਉਹਨਾਂ ਨੇ ਸਾਨੂੰ ਕਿਹਾ ਬਈ ਪ੍ਰਧਾਨ ਜੀ ਹਾਲੇ ਮੋਰਚਾ ਨਾ ਲਓ, ਸਾਡਾ ਇਹ ਮੋਰਚਾ ਫੇਲ ਹੋ ਜਾਊ, ਅਸੀਂ ਲੇਟ ਕਰਤਾ। ਫਿਰ ਜਦੋਂ ਦੁਬਾਰਾ ਮੋਰਚਾ 17 ਜਨਵਰੀ ਨੂੰ ਲਾਉਣ ਲੱਗੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗ ਗਿਆ। ਸਾਰੇ ਪੰਜਾਬ ਦੇ ਲੋਕ ਭਾਵਕ ਸੀ, ਮੁੱਦਾ ਵੀ ਠੀਕ ਸੀ, ਅਸੀਂ ਫਿਰ ਇਹਨੂੰ ਪੋਸਟਪੋਨ ਕੀਤਾ। ਹੁਣ 5 ਅਗਸਤ ਨੂੰ ਫਿਰ ਨੋਟਿਸ ਦਿੱਤਾ ਵੀ ਅਸੀਂ ਮੋਰਚਾ ਲੜਨਾ, ਅਸੀਂ ਇਹਨੂੰ ਸਾਰੇ ਨੂੰ ਸਟੱਡੀ ਕੀਤਾ ਹੈ। ਤੇ ਮੈਂ ਸਮਝਦਾ
भाई पंजाब पहला ये तय करना जरूरी है भी पंजाब पानी दे पानी का मालिक है जे मालिक है मालिक डिसाइड करो असि बिल्कुल जी जिन्होंने तुम कहने उन्होंने लड़ाई करेंगे कराउंगे असि उन्होंने लड़ाई करने तैयार नहीं असि कहने ये नहीं असि कहते भी तुम राजस्थान को पानी नहीं देना असि नहीं कहते हरियाणे को नहीं देना असि ये कहने पहला डिसाइड हो पानी का मालिक कौन है मालिक अपनी लोड़ पूरी करके जो बाकी पानी बच गया मुल बेचेगा ਰਾਜੇਵਾਲ ਸਾਹਿਬ ਬਹੁਤ ਸੋਹਣੀ ਗੱਲ ਕੀਤੀ ਕਿ ਠੀਕ ਹੈ ਆਪਦਾ ਘਰ ਜ਼ਰੂਰਤ ਪੂਰਾ ਕਰ ਲਓ ਬਾਕੀ ਜਿਹੜੀ ਚੀਜ਼ ਬਚਦੀ ਆ ਉਹ ਪੈਸੇ ਦੋ ਤਾਂ ਲੈ ਜਾਓ ਹੈ ਨਾ ਰਾਜੇਵਾਲ ਸਾਹਿਬ ਮੈਂਟਲੀ ਤੌਰ ਤੇ ਦਿਮਾਗੀ ਤੌਰ ਤੇ ਮੈਂਟਲੀ ਜਿਹੜੀ ਜਿਹੜੀ ਲੋਕਾਂ ਦੀ ਮੈਂਟਲ ਕੰਡੀਸ਼ਨ ਹੈ ਉਹਦੇ ਉੱਤੇ ਵੀ ਫਰਕ ਪੈਣਾ ਚਾਹੀਦਾ ਆਪਾਂ ਨੂੰ ਤਿਆਰ ਰਹਿਣਾ ਚਾਹੀਦਾ ਕਿ ਆਪਾਂ ਸੰਘਰਸ਼ ਵੀ ਲੜ ਲਾਂਗੇ ਆਪਦੇ ਹੱਕ ਵੀ ਲੈ ਲਾਂਗੇ ਉਸ ਤੋਂ ਬਾਅਦ ਵੀ ਜੇ ਚੀਜ਼ ਹੈਗੀ ਆ ਤਾਂ ਉਹਨੂੰ ਸੰਭਾਲਣਾ ਕਿੱਦਾਂ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਅੰਮ੍ਰਿਤਸਰ ਜਾਂ ਸ਼ਾਇਦ ਤਰਨ ਤਾਰਨ ਏਰੀਏ 'ਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ बारिश है पानी जमा जम पिया पर मोटर चल रही है कितने कितने अपन उस चीज से झात मारने की लोड़ है तुम्हें लगता इस कोई दो राय नहीं और साडा भाईचारा इन्ना अणजाण है और अवेसल है जिन्हों हाले तक ये नहीं पता थोड़ी स्थिति कुछ लोग सारे लोग नहीं कदे भी स्थिति को समझते होंगे कुछ लोग इस तरह के होंगे ही नहीं साड़ा एक वड्डा वर्ग है ये योजना गलतियां हो रही असं बड़ा कुछ देखते हैं जो गर्मिया आदि हैं वो कहें जी धरती ठंडी करने वास्ते असं मोटर चलाने की कहोगे योजे लोगों पर ग्राउंड रियलिटी तो मूँह नहीं मोड़िया जा सकता रियलिटी ये है भी पंजाब का पानी मुक रहा है जे पानी ना बचा तो इतों या माइग्रेशन होएगी या फिर पंजाब जो बंजर होएगा इतों लोगों पंजाब छड़ के जाना पएगा मैं एक बार भुख हड़ताल से सी बादल सरकार वेले उदो 800 करोड़ रुपया किसान का सोके का आया सीगा केंद्र सरकार तो दबना चाहते सी उहदे संबंध च असी उन्होंने नोटिस दे के एजिटेशन की तो उस वेले मैनू डाक्टर ने कहा होर जो मर्जी करी जाए पानी पीना ना बंद करी 7 दिन तो बाद पानी के बगैर मनुख जिउंदा नहीं रह सकता तो जे पानी तो बगैर असं जिंदे नहीं रह सकते साडा पानी मुक रहा है और ये तो भी अगे भावनात्मक तौर पर भी पंजाब का ना ही पंज आब है पंज दरियावां की धरती और देश की आजादी तो बाद 3 दरिया सानू मिले 3 पाकिस्तान मिल गए सतलुज ब्यास राफी साढ़े को एक होर जो बारीकी जो तुम भंडार साहब जाओ ना मैं तो होर इतों अगे जाना अज तो कोई 1000 साल पहला जमुना का बेसिन जोड़ा वो साढ़े खरड़ तक आ मोहाली जिला ओदे विच ते ओदे पानी दी कोई गल ही नहीं करता हरियाणे वाले नूं अच्छा ये भी जे ईमानदार हुंदी हरियाणे दिल्ली दी सरकार तां जमुना दा पानी इन्ना वेस्ट जा रहा सारा हरियाणा सिंज के फिर भी उहनां कोल पानी सरप्लस ओदी कोई जिक्र ही नहीं करता SYL करके पंजाब नूं बार बार जो सताउणा या तां इहदे इहदे पिछे मैं समझदा एक पोलिटिकल रीजनस ने लोकां नूं पोलराइजेशन करके पंजाब दे लोकां तों डरा के फिर वोट लेनी है ये इलैक्शन आ गई इस वेले लोकां नूं भावुक करना है इहो जिहियां हालतां भी इहदे विच जिम्मेवार ने इहदे पिछे बहुत कुछ है पर साडे सामने इको चीज़ है भी की पंजाब जिंदा रखना है कि पंजाब नूं मरन देना है पंजाब तुहाडा हर एंगल तो डुब रहा है और मैं तो कहांगा जिहड़े तुसीं इत्थे बाहर बैठे हो मैनूं इस गल ते माण भी हुंदा है भी साडे भाईचारे नूं इन्नी समत उहने बख्शी है जिथे मर्जी रही जाण जिथे मर्जी हो वैल सैटल्ड भी होण अपने अपनियां जड़ां नूं उह नहीं छड्दे अपनियां जड़ां लई उह कुछ भी करन नूं तैयार हुंदे ने जिद्दां दा तुसीं रोल अदा करके सारी दुनिया नूं दिखाया पिछले अंदोलन च इह इह साडी इक वड्डी ताकत बण के उभरे हो तुसीं मैं तो यही अपील करना है भी नवी एजिटेशन असीं फिर शुरू करनी है इतों जाके और उस एजिटेशन वेले भी सानू तुहाडा उस तरह का साथ चाहिए जिस तरह तुसीं पिछे दिता सी कट्ठे होके लड़ांगे और बेनती ये करांगे सारा जो कुछ इनफॉर्मेशन आई जा रही है उन्हों ग्रैस्प करके उहदे चों ठीक ढंग नाल केस प्रोजेक्ट करके असीं असीं नहीं कहिंदे भी साडी हरियाणे नाल या राजस्थान नाल कोई दुश्मनी है या कोई साडी लड़ाई है असीं कहिंदे पहलां साडे नाल हिसाब करो साडा घर बच रहू उत्ते बाद असीं दूसरिआं नूं देंगे जे पानी ना होवे तां तुसीं कहो हरियाणे कोल तां और अज दी डेट विच की है भी 27% पानी असीं यूज कर रहे हैं जिहड़ा नहरी पानी है बाकी तां सारा इहनां नूं जा रिहा मैं जिवें शुरू जिक्र कीता भी ऑन रिकॉर्ड है मेरे को फोटो खिंच खिच साढ़े उतों के वर्कर जो मशीन चलती खिंच के भेजी जाते हैं 250-250 क्यूसिक पानी जाता जी तो जाना चाहिए 1500 क्यूसिक पानी सरप्लस ऑलरेडी उन्होंने जा रहा है तो साड़ी उन्होंने कोई लड़ाई नहीं साड़ी लड़ाई है पहला डिसाइड करो भी पानी है कि फिर वो बाद असं देखा साड़ी लोड़ कि है
अपनी लोड़ पूरी करके असं कहांगे राजस्थान ले लवे हरियाणा ले ले। एक होर दस्यो 15 दसंबर 2019 नूं दिल्ली ने हिमाचल प्रदेश नाल एक एग्रीमेंट कीता पानी दा, मेरे कोल उहदी कापी है। उहदे विच उहनां ने 32 रुपये पर 1000 क्यूबिक फुट पानी दा रेट तय कीता। दो वड्डे प्लाट करोड़ां रुपये दे उहनां ने हिमाचल सरकार नूं दित्ते है। जे दिल्ली वाले हिमाचल तों पानी मुल लै सकदे उहदे हिस्से दा, तां पंजाब दा पानी दिल्ली दा तां किसे तरहां वी कोई हक नहीं बणदा। पंजाब दा पानी मुफ्त क्यों जांदा जी उत्थे उहनां नूं? तो लड़ाई लॉजिक नाल है, कॉन्स्टिट्यूशन के मुताबिक है। असी कहने भी संविधान, तुसीं संविधान नूं मंनदे हो? जे देश संविधान मुताबिक चलता है तां संविधान तां कहिंदा पानी स्टेट सबजैक्ट है। एक होर मैं चैनल ते गल स्पष्ट करना चाहुंदा, मैं बड़ियां चिट्ठियां लिखियां भगवंत मान नूं जदों डैम सेफ्टी एक्ट बनिया 7 जुलाई पिछले साल। एक नॉर्थ जोन कौंसल की मीटिंग सी जयपुर, मैं उदों पहलां इहनूं चिट्ठी लिखी भी जाके उत्थे डैम सेफ्टी एक्ट का विरोध करो, ये टोटली अनकंस्टीट्यूशनल है। पानी स्टेट सबजैक्ट है, इरीगेशन स्टेट सबजैक्ट है, इन्हों डैमां दे उत्ते एक्ट बनाने का कोई अधिकार नहीं, इहदा विरोध करो। बड़ी बड़ी चिट्ठियां लिखिया भी तुसीं घट्टो घट्ट असैम्बली च एक मता ही पास करके इहदा विरोध करदे हो, नहीं कीता। अज बीबीएमबी की मैंबरी खातर हाड़े कढ़दे फिरदे है, सारे डैम तां तुहाडा कंट्रोल उह करके लै गए। तुसीं अपने आप जिहड़ा हक है छड्डी जा रहे हो उहनां नूं, सेंटर दे अगे हथियार जाने हो, ते फिर बाद च लड़ाई लड़न वास्ते सानू होर ज्यादा साढ़े ते भार पाई जा रहे हो, ते सरकारां की कर रही है। राजवाल साहब तुसी बहुत सोहनी गल की कि हाँ जी भी ठीक है नहरां दा, पर पहलां असीं डिसाइड कर लीए भी ओनरशिप कहदी है, तो उस तो बाद आपां कर लांगे सानू पूरा आगे कहां। मैनूं इह दस्सो कि जे आपां एक होर एंगल तो इस चीज़ नूं विचार लीए, तुसीं आपदे विचार दिओ कि जे क्योंकि आपां तो गुरु नानक साहब के फलसफे चलते ना सरबत दा भला नाल आपां अरदास दी समाप्ति करदे हां, सरबत दा भला उत्थे भी बंदे वसदे आ, क्योंकि बहुत वड्डी पापूलेशन 1926-27 च पंजाब तो माइग्रेट होकर गंगानगर, हुण उह 3 जिले बन गए, पहले गंगानगर एक ही सी, हुण हनुमानगढ़ ते रूपगढ़ दो होर बन गए। वह दो नहरां दे सिर दे उत्ते पलदे आ, चाहे उत्थों दे आ जां पंजाब तो गए आ, हरियाणे वाले भी आ। क्यों ना आपां सारे रल के तुसीं उहनां नूं नाल लो, ते SYL नूं छड्ड के YSL यमुना सतलुज लिंक जिहड़ी तुसीं हुणी गल करके टई, यमुना दा पाणी जा रिहा वेस्ट, ਉਹਦੇ ਲਈ ਵੀ ਸੰਘਰਸ਼ ਲੜਿਆ ਜਾਵੇ, ਕੀ ਕਹਿਣਾ ਚਾਹੋਗੇ? ਤਾਂ ਕਿ ਤਾਂ ਪੰਜਾਬ ਨੂੰ ਵੀ ਇਨਫ ਹੋਵੇ ਪਾਣੀ, ਤਾਂ ਉਹ ਵੀ ਰਾਜੀ ਰਹਿਣ ਪਰ ਲੀਅਲ। ਇਹ ਗੱਲ ਸਮਝੋ, ਇਸ ਵੇਲੇ ਜਿੱਥੇ ਸਥਿਤੀ ਆਈ ਹੈ ਉਹ ਤਾਂ SYL ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ। YSL ਦਾ ਤਾਂ ਨਵਾਂ ਆਈਡੀਆ ਹੁਣ ਕੁਝ ਲੋਕਾਂ ਨੇ ਦਿੱਤਾ ਹੈ, ਔਰ ਇਹ ਕਦੋਂ ਮੈਚੋਰ ਹੋਏਗਾ ਪਤਾ ਨਹੀਂ, ਪਰ ਉਹਦੇ ਤੇ ਉਹ ਇੰਨੇ ਕਾਲੇ ਹੋਏ ਹੋਏ ਆ ਵੀ ਜਿਵੇਂ ਉਹਨਾਂ ਨੇ ਤਾਂ ਧਮਕੀ ਦੇ ਦਿੱਤੀ ਵੀ ਅਸੀਂ ਗਵਰਨਮੈਂਟ ਆਫ ਇੰਡੀਆ ਨੂੰ ਕਹਾਂਗੇ ਕਿ ਸੈਂਟਰਲ ਏਜੰਸੀ ਰਾਹੀਂ ਸਰਵੇ ਕਰਾਓ, ਔਰ ਸੈਂਟਰਲ ਏਜੰਸੀ ਰਾਹੀਂ ਕੱਲ੍ਹ ਨੂੰ ਕਹਿ ਦਾਂਗੇ ਵੀ ਬਣਾਓ, ਔਰ ਉਹ ਕਹਿੰਦੇ ਅਸੀਂ ਤਾਂ ਸੁਣਨਾ ਹੀ ਨਹੀਂ ਜੀ ਪਾਣੀ ਦੀ ਗੱਲ ਬਾਅਦ 'ਚ, ਪਹਿਲਾਂ ਅਸੀਂ ਤਾਂ ਨਹਿਰ ਪੱਟਣੀ ਹੈ। ਨਹਿਰ ਫੋਰ ਵਟ? SYL ਫੋਰ ਵਟ? ਫਿਰ ਇਸ ਕਰਕੇ ਸਭ ਤੋਂ ਪਹਿਲਾਂ ਜ਼ਰੂਰੀ ਹੋ ਗਿਆ ਤੁਸੀਂ ਇਹ SYL ਨੂੰ ਰੋਕੋ, ਜਿਹੜਾ ਵੱਡਾ ਸੇਧਾ ਤੱਕੜਾ ਹੈ ਜਿਹਦੇ ਹੇਠਾਂ ਦੀ ਬੜਾ ਖੂਨ ਵਹਿ ਚੁੱਕਾ ਪੰਜਾਬ ਦਾ, ਇਹ ਫਿਰ ਇੱਕ ਵਾਰੀ ਪੰਜਾਬ ਦੇ ਹਾਲਾਤ ਖਰਾਬ ਕਰਕੇ ਪੰਜਾਬ ਨੂੰ ਅੱਗ ਦੇ ਵਿੱਚ ਧੱਕਣ ਦੀ ਸਾਜਿਸ਼ ਤਾਂ ਨਹੀਂ? ਇਹ ਸੋਚਣਾ ਪਏਗਾ। ਸਾਡਾ ਕਿਸੇ ਹਰਿਆਣੇ ਰਾਜਸਥਾਨ ਨਾਲ ਕੋਈ ਝਗੜਾ ਨਹੀਂ, ਨਾ ਅਸੀਂ ਇਹ ਕਹਿੰਦੇ ਹਾਂ ਉਹਨਾਂ ਨੂੰ ਪਾਣੀ ਨਹੀਂ ਦੇਣਾ, ਪਰ ਇੱਕ ਜਿਹੜੀ ਰਵਾਇਤ ਬਣੀ ਹੋਈ ਹੈ ਹੁਣ ਤੱਕ ਉਹ ਸਾਤੇ ਪਾਣੀ ਮੁੱਲ ਲੈਂਦੇ ਰਿਹਾ, ਹੁਣ ਆ ਕੇ ਪਾਣੀ ਦੇ ਪੈਸੇ ਬੰਦ ਕੀਤੇ ਆ ਉਹਨਾਂ ਨੇ। ਅਸੀਂ ਕਹਿੰਦੇ ਰੇਟ ਤੈਅ ਹੋ ਜੇ 1955 ਦੀ ਮੀਟਿੰਗ ਵਿੱਚ, ਜਿਹੜੇ ਮਿਨਟਸ ਨੇ ਮੀਟਿੰਗ ਦੇ ਉਹਦੇ ਵਿੱਚ ਜਿਹੜਾ ਲਿਖਿਆ ਕਿ ਨੀਅਰ ਫਿਊਚਰ 'ਚ ਇੱਕ ਬਹੁਤ ਜਲਦੀ ਮੀਟਿੰਗ ਹੋਊ ਜਿਹਦੇ 'ਤੇ ਪਾਣੀ ਦਾ ਰੇਟ ਤੈਅ ਕੀਤਾ ਜਾਊ। ਮੁੜ ਕੇ 1955 ਤੋਂ ਅੱਜ ਤੱਕ ਪਾਣੀ ਦਾ ਰੇਟ ਤੈਅ ਕਰਨ ਵਾਸਤੇ ਮੀਟਿੰਗ ਹੀ ਨਹੀਂ ਹੋਈ। ਅਸੀਂ ਡਿਨਾਈ ਨਹੀਂ ਕਰਦੇ ਉਹਨਾਂ ਨੂੰ ਪਾਣੀ ਦੇਣ ਤੋਂ, ਬਿਲਕੁਲ ਹੀ ਸਾਡਾ ਇਹ ਸਟੈਂਡ, ਸਾਡਾ ਸਟੈਂਡ ਇਹ ਆ ਵੀ ਪਾਣੀ ਸਾਡੇ ਕੋਲ ਹੈਗਾ, ਸਾਡੀ ਲੋੜ ਤੋਂ ਵੀ ਵੱਧ ਹੋਊਗਾ, ਪਰ ਪੰਜਾਬ ਦੇ ਕੋਲ ਕੁਦਰਤ ਨੇ ਹਰ ਸਟੇਟ ਨੂੰ ਕੁਛ ਨਾ ਕੁਛ ਬਖਸ਼ਿਆ। ਰਾਜਸਥਾਨ 'ਚ ਪੱਥਰ ਹੈ, ਅਸੀਂ ਪੈਸੇ ਦੇ ਕੇ ਲਿਆਉਂਦੇ ਹਾਂ। ਛੱਤੀਸਗੜ੍ਹ 'ਚ ਕੋਲ ਹੈ, ਅਸੀਂ ਪੈਸੇ ਦੇ ਕੇ ਲਿਆਉਂਦੇ ਹਾਂ। ਕਿਸੇ ਸਟੇਟ 'ਚ ਕੋਈ ਤਾਤ ਹੈ, ਅਸੀਂ ਪੈਸੇ ਦੇ ਕੇ ਲਿਆਉਂਦੇ ਹਾਂ। ਸਾਨੂੰ ਕੁਦਰਤ ਨੇ ਪਾਣੀ ਅਤੇ ਫਰਟਾਈਲ ਧਰਤੀ ਬਖਸ਼ੀ ਹੈ, ਅਸੀਂ ਇੱਥੋਂ ਦੇਸ਼ ਦੇ ਅੰਨ ਭੰਡਾਰ ਵਿੱਚ ਮੋਰ ਦੈਨ 50% ਕੰਟਰੀਬਿਊਟ ਕਰਦੇ ਹਾਂ, ਪਹੁੰਚੇ ਜਿੰਨਾ ਪੰਜਾਬ ਹੈ 1.5% ਰਕਬਾ ਜੋਗ੍ਰਾਫਿਕਲ ਏਰੀਆ ਸਾਰੇ ਦੇਸ਼ ਦਾ, ਅੱਜ ਵੀ ਮੋਰ ਦੈਨ 50% ਕੰਟਰੀਬਿਊਸ਼ਨ ਸਾਡੀ ਹੈ, ਕੋਈ ਛੋਟੀ ਗੱਲ ਨਹੀਂ। ਔਰ ਅਸੀਂ ਆਪਣੇ ਪਾਣੀ ਨੂੰ ਕਨਵਰਟ ਕਰਕੇ ਫੂਡ ਗ੍ਰੇਨਸ ਦੇ ਵਿੱਚ ਅਸੀਂ ਪਾਣੀ ਕੁਰਬਾਨ ਕਰਤਾ ਵਿਦਆਊਟ ਐਨੀ ਕੋਸਟ। ਕਦੇ ਕੋਸਟ ਕੈਲਕੂਲੇਸ਼ਨਸ ਦੇ ਵਿੱਚ ਪੰਜਾਬ ਦੇ ਪਾਣੀ ਦੀ ਦਾ ਜਿਹੜਾ ਕੰਪੋਨੈਂਟ ਹੈ ਕਦੇ ਅਕਾਊਂਟ ਫੋਰ ਨਹੀਂ ਹੋਇਆ। ਇਹ ਅਸੀਂ ਆਪਣਾ ਪਾਣੀ ਸਾਰੇ ਦੇਸ਼ ਨੂੰ ਮੁਫਤ 'ਚ ਨਹੀਂ ਦੇਈ ਜਾ ਰਹੇ। ਤੋ ਇਹ ਸਾਰੀਆਂ ਗੱਲਾਂ ਧਿਆਨ 'ਚ ਰੱਖ ਕੇ ਸਾਨੂੰ, ਅਸੀਂ ਕਿਸੇ ਸਟੇਟ ਦਾ ਵਿਰੋਧ ਨਹੀਂ ਕਰਦੇ,
ਅਸੀਂ ਬਿਲਕੁਲ ਡਿਨਾਈ ਨਹੀਂ ਕਰਦੇ ਵੀ ਅਸੀਂ ਪਾਣੀ ਦੇਣਾ ਹੀ ਨਹੀਂ ਨਾ, ਅਸੀਂ ਕਹਿੰਦੇ ਹਾਂ ਜਿਹੜੀ ਗਲਤੀ ਕਰ ਲਈ ਸ਼ੁਰੂ ਤੋਂ ਉਹ ਗਲਤੀ ਨੂੰ ਪਹਿਲਾਂ ਠੀਕ ਕਰ ਲਓ। ਪਹਿਲਾਂ ਇਹ ਡਿਸਾਈਡ ਕਰੋ ਵੀ ਪਾਣੀ ਦਾ ਮਾਲਕ ਕੌਣ ਹੈ। ਮਾਲਕ ਦੂਜੇ ਭਰਾਵਾਂ ਨਾਲ ਸ਼ੇਅਰ ਕਰ ਲਏਗਾ ਪਰ ਉਹਦੀ ਕੀਮਤ ਲੈ ਕੇ। ਆਪਾਂ ਸੰਘਰਸ਼ ਦੀ ਗੱਲ ਕਰੀਏ ਤਾਂ ਟਿੱਪਣੀ ਆਈ ਹੈ, ਮੈਂ ਉਹਦੇ ਬੇਸ ਤੇ ਗੱਲ ਕਰ ਰਿਹਾ। ਮੇਰੇ ਕੋਲ ਵੀ ਆਂਕੜੇ ਹੈਗੇ ਟਿੱਪਣੀਆਂ ਦੇ, ਆਂਕੜੇ ਹੈਗੇ ਆ ਪਰ ਮੈਂ ਜ਼ਰੂਰੀ ਸਮਝਾਂ ਜੇ ਕਿਸੇ ਨੇ ਟਿੱਪਣੀ ਕੀਤੀ ਹੈ ਤਾਂ ਆਪਾਂ ਜ਼ਰੂਰ ਉਹ ਪੁੱਛ ਲਈਏ ਕਿ ਕੱਲ੍ਹ ਨੂੰ ਮੰਨ ਲਓ ਅੰਦੋਲਨ ਕਰਨਾ ਪੈਂਦਾ, ਇਹਨਾਂ ਚੀਜ਼ਾਂ ਬਾਰੇ ਆਪਾਂ ਨੂੰ ਖੜੇ ਹੋਣਾ ਪੈਂਦਾ ਅਤੇ ਉਹਦੇ ਵਿੱਚ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਯੂਨੋ ਵਿੱਚ ਨੁਕਸਾਨ ਪਹੁੰਚਾਉਣ ਦੀ ਗੱਲ ਹੋ ਜਾਂਦੀ ਹੈ। ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਇੱਕ ਦੋ ਦਾ ਜ਼ਰੂਰ ਲਊਂਗਾ ਕਿਉਂਕਿ ਹੋ ਸਕਦਾ ਉਹ ਪੋਜ਼ਿਟਿਵ ਰੋਲ ਹੀ ਨਿਭਾਉਂਦੇ ਹੋਣ, ਕਿਤੇ ਨਾ ਕਿਤੇ ਲੋਕ ਗੱਲਾਂ ਚੱਕਦੇ ਹੋਣਗੇ। ਜਿੱਦਾਂ ਕਿਸਾਨ ਅੰਦੋਲਨ ਦੇ ਵਿੱਚ ਤਾਂ ਯੁੱਧਵੀਰ ਦੀਆਂ ਚਿੱਠੀਆਂ ਲੈ ਲਓ, ਯੋਗਿੰਦਰ ਯਾਦਵ ਦੀਆਂ ਮੀਟਿੰਗਾਂ ਅੱਡ ਜਾ ਕੇ ਤੁਹਾਨੂੰ ਲੈ ਕੇ, ਹੋ ਸਕਦਾ ਉਹ ਵੀ ਪੋਜ਼ਿਟਿਵਿਟੀ 'ਤੇ ਹੀ ਚੱਲਦਾ ਹੋਵੇ। ਹੋਰ ਕਈ ਬੰਦਾਂ ਦੇ ਨਾਂ ਆਏ ਆ ਪਰ ਦੋ ਗੱਲਾਂ ਖੜੀਆਂ ਕਿ ਇਹ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਹੁਣ ਇਸ ਟਾਈਮ, ਕਿਉਂਕਿ ਜਿੱਦਣ ਤੁਸੀਂ ਮੋਰਚਾ ਜਿੱਤ ਕੇ ਆਏ ਸੀ ਹੌਲੀ ਹੌਲੀ, ਆਪਾਂ ਇਲੈਕਸ਼ਨ ਨਾਲ ਨਹੀਂ ਜਾਂਦੇ ਗੇ, ਆਪਾਂ ਪਿਛਲੀ ਵਾਰ ਗੱਲ ਕਰ ਲਈ ਸੀਗੀ, ਤੁਹਾਨੂੰ ਮਿਸਲੀਡ ਕੀਤਾ ਗਿਆ, ਪਹਿਲਾਂ ਅੱਗੇ ਕੀਤਾ ਗਿਆ, ਫਿਰ ਲੋਕ ਪਿੱਛੋਂ ਵਾਪਸ ਚਲੇ ਗਏ, ਬਹੁਤ ਮਾੜਾ। ਐਨੀਵੇ ਉਹ ਇਲੈਕਸ਼ਨਾਂ ਦਾ ਕਰਕੇ ਤੁਹਾਡੀ ਜਿਹੜੀ ਪੰਜਾਬ ਦੀਆਂ ਜਥੇਬੰਦੀਆਂ ਸੀ ਉਹ ਖੱਖੜੀਆਂ ਕਰੇਲੇ ਹੋ ਗਈਆਂ। ਹੁਣ ਜਿਹੜਾ ਆਹ ਸਿਚੁਏਸ਼ਨ ਆਈ ਹੈ ਇਹਦੇ ਵਿੱਚ ਤੁਸੀਂ ਲੱਗਦਾ ਕਿ ਤੁਹਾਡੇ ਨਾਲ ਸਾਰੇ ਦੁਬਾਰਾ ਜੁੜਨ ਜੁੜ ਰਹੇ ਆ, ਜੁੜਨ ਦੀ ਕੋਸ਼ਿਸ਼ ਕਰਨਗੇ? ਦੇਖੋ ਪਿਛਲੇ ਦਿਨੀ ਡਾਕਟਰ ਸਵਾਮੀਨਾਥਨ ਜਿਨ੍ਹਾਂ ਦਾ ਜਿਨ੍ਹਾਂ ਦੀ ਰਿਪੋਰਟ ਦੇ ਉੱਤੇ ਅਸੀਂ ਸਾਰੇ ਡਿਮਾਂਡ ਕਰਦੇ ਹਾਂ ਕਿ ਉਹਨਾਂ ਦੀ ਰਿਪੋਰਟ ਲਾਗੂ ਕਰੋ, ਉਹਨਾਂ ਦੀ ਡੈਥ ਹੋਈ ਹੈ। ਮੈਂ ਜਲੰਧਰ 'ਚ 8 ਤਾਰੀਖ ਨੂੰ ਉਹਨਾਂ ਦੇ ਨਿਮਿੱਤ ਅਖੰਡ ਪਾਠ ਦਾ ਭੋਗ ਪਾਇਆ ਔਰ ਸਾਰਿਆਂ ਨੂੰ ਕੌਲ ਦਿੱਤੀ ਵੀ ਕੋਈ ਧੜੇਬਾਜ਼ੀ ਨਹੀਂ, ਕੋਈ ਪੋਲੀਟਿਕਸ ਨਹੀਂ ਕਿਸੇ ਨੇ ਡਿਸਕਸ ਕਰਨੀ ਹੈ, ਸਿਰਫ ਐਸੀ ਸ਼ਖਸੀਅਤ ਜਿਹਨੇ ਕਿਸਾਨਾਂ ਲਈ ਕੁਛ ਕੀਤਾ ਹੈ ਉਹਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸਾਰੇ ਆਓ। ਔਰ ਮੈਨੂੰ ਬੜੀ ਖੁਸ਼ੀ ਸਾਰੇ ਉੱਥੇ ਆਏ। ਮੈਂ ਉੱਥੇ ਸਾਰਿਆਂ ਨੂੰ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮੈਂ ਵਾਅਦਾ ਕਰਦਾ ਜੋ ਤੁਸੀਂ ਮੈਨੂੰ ਆਖੋਗੇ ਮੈਨੂੰ ਮਨਜ਼ੂਰ ਹੋਏਗਾ। ਮੈਂ ਕੋਈ ਮੇਰੀ ਜਿੱਤ ਨਹੀਂ, ਕੋਈ ਈਗੋ ਨਹੀਂ, ਕੁਛ ਨਹੀਂ, ਜੋ ਪਿੱਛੇ ਆ ਗਿਆ ਉਹਦੇ ਤੇ ਪਾਓ ਮਿੱਟੀ। ਇਕੱਲੇ ਇਕੱਲੇ ਸਾਰਿਆਂ ਨੇ ਭੱਜ ਕੇ ਦੇਖ ਲਿਆ, ਤੁਹਾਨੂੰ ਪਤਾ ਹੈ ਲੋਕੀ ਕੀ ਗੱਲਾਂ ਕਰਦੇ ਨੇ। ਮੈਂ ਉਹਨਾਂ ਨੂੰ ਯਾਦ ਕਰਾਇਆ ਵੀ ਜਦੋਂ ਪਹਿਲਾਂ ਮੋਰਚਾ ਲਾਇਆ ਸੀਗਾ ਉਦੋਂ ਵੀ ਸਾਰੀ ਜਿਸ ਵੇਲੇ ਐਨ ਪੀ ਤੇ ਤਿਆਰੀ ਕਰ ਲਈ ਸੀ, ਫਿਰ ਜੂਨ ਮਹੀਨੇ 2020 ਵਿੱਚ ਤੁਹਾਨੂੰ ਸਾਰਿਆਂ ਨੂੰ ਇਕੱਠੇ ਕੀਤਾ ਸੀ। ਉਸ ਵੇਲੇ ਕੋਈ ਕ੍ਰਿਟੇਰੀਆ ਨਹੀਂ ਸੀ ਕੌਣ ਕਿਹੜੀ ਪਾਰਟੀ ਨਾਲ ਹੈ, ਕੌਣ ਕਿੱਡੀ ਕੁ ਵੱਡੀ ਜਥੇਬੰਦੀ ਹੈ, ਸਭ ਨੂੰ ਨਾਲ ਲੈ ਕੇ ਇੱਕ ਫਰੰਟ ਬਣਾਇਆ ਸੀ। ਔਰ ਫਿਰ ਜਦੋਂ ਅਸੀਂ ਉੱਥੇ ਗਏ ਸੀ ਦਿੱਲੀ, ਉੱਥੇ ਸਾਨੂੰ ਖਾਲਿਸਤਾਨੀ ਖਾਲਿਸਤਾਨੀ ਕਿਹਾ ਜਾਣ ਲੱਗਾ ਸੀ ਕਿਉਂਕਿ ਹਰਿਆਣੇ ਜੋ ਗੁਰਨਾਮ ਸਿੰਘ ਚੜੂਨੀ ਨੂੰ ਮੈਂ ਸ਼ੁਰੂ ਦੇ ਨਾਲ ਰੱਖਦਾ ਰਿਹਾ, ਉਹ ਵੀ ਸਿੱਖ ਕਿਸਾਨੀ ਹਰਿਆਣੇ ਦੀ ਸਾਡੇ ਨਾਲ ਗਈ ਸੀ। ਪਹਿਲੇ ਦਿਨ ਵਿੱਚ ਸਾਡੇ ਚੌਧਰੀ ਸਾਡੇ ਨਾਲ ਨਹੀਂ ਸੀ, ਉਹ 4-5 ਦਿਨ ਬਾਅਦ ਗਏ ਸੀ। ਫਿਰ ਉਹ ਖਾਲਿਸਤਾਨੀ ਦਾ ਟੈਗ ਲਾਉਣ ਵਾਸਤੇ ਸਾਨੂੰ ਸਭ ਕੁਝ, ਮੈਨੂੰ ਬਰੀਕੀ ਚ ਕੱਲੀ ਕੱਲੀ ਗੱਲ ਪਤਾ ਕਿਉਂਕਿ ਮੈਂ ਸਭ ਤੋਂ ਪੁਰਾਣਾ, ਆਈ ਐਮ ਵਨ ਆਫ ਦਾ ਫਾਊਂਡਰਸ ਆਫ ਦਿਸ ਆਰਗੇਨਾਈਜੇਸ਼ਨ, ਆਈ ਸਟਾਰਟਡ ਇਨ 1971 ਔਰ ਮੈਨੂੰ ਪਤਾ ਇਹ ਟਕੈਤ ਦੇ ਫਾਦਰ ਨੂੰ ਮੈਂ ਤੋਰਿਆ ਸੀ। ਮੈਨੂੰ ਫਿਰ ਵੀ ਕਿਉਂਕਿ ਉਸ ਵੇਲੇ ਸਮੇਂ ਦੀ ਲੋੜ ਸੀ ਖਾਲਿਸਤਾਨੀ ਦਾ ਟੈਗ ਲਾਉਣ ਵਾਸਤੇ, ਮੈਂ ਕਿਹਾ ਹਿੰਦੂ ਕਿਸਾਨ ਚਾਹੀਦੇ ਉਹਨਾਂ ਨੂੰ ਬੁਲਾਓ। ਫਿਰ ਇਹਦੇ ਬਾਅਦ ਫਿਰ ਇਸੇ ਤਰ੍ਹਾਂ ਦੇ ਬੋਲੇ ਅੰਦੋਲਨ ਜੀ ਵੀ ਫਲਾਣ ਟੀਂਗ ਇੱਦਾਂ ਕਰਦੇ ਸੀ, ਤੇ ਫਿਰ ਮੈਂ ਕਿਹਾ ਦੂਜੀਆਂ ਸਟੇਟਾਂ ਦੇ ਲੋਕਾਂ ਦੀ ਵੀ ਲੋੜ ਹੈ, ਫਿਰ ਦੂਜੀਆਂ ਸਟੇਟਾਂ ਨੂੰ ਬੁਲਾਇਆ। ਉਹਨਾਂ ਦੀ ਇੱਕ ਪ੍ਰੋਬਲਮ ਸੀ, ਪੰਜਾਬ ਵਿੱਚ ਇਹ ਪ੍ਰੋਬਲਮ ਹੈ ਨਹੀਂ, ਪੰਜਾਬ ਵਿੱਚ ਸਾਡੀ ਜਿਹੜੀ ਮੇਨ ਕ੍ਰੋਪਸ ਨੇ ਉਹ ਸਾਰੀਆਂ MSP ਤੇ ਵਿਕਦੀਆਂ ਨੇ, ਉੱਥੇ ਉਹਨਾਂ ਨੇ ਮੰਡੀ ਨਹੀਂ ਡਿਵੈਲਪ ਕੀਤੀ ਹੋਈ। ਪੰਜਾਬ ਹਰਿਆਣੇ ਤੋਂ ਬਾਹਰ ਕਿਸੇ ਸਟੇਟ 'ਚ ਮੰਡੀ ਹੈ ਨਹੀਂ। ਅਸੀਂ ਉਹਨਾਂ ਦੀ ਡਿਮਾਂਡ ਰੱਖੀ ਵੀ MSP ਦੀ ਲੀਗਲ ਗਰੰਟੀ ਦਿਓ, ਉਹਨਾਂ ਨੂੰ ਨਾਲ ਜੋੜ ਕੇ ਰੱਖਣ ਵਾਸਤੇ। ਲੜਾਈ ਸ਼ੁਰੂ ਹੋਈ 3 ਕਾਨੂੰਨਾਂ ਤੋਂ, ਦੂਜੇ ਨੂੰ ਨਾਲ ਜੋੜਨ ਵਾਸਤੇ ਨਵੀਆਂ ਮੰਗਾਂ ਜੁੜਦੀਆਂ ਰਹੀਆਂ, ਪਰ ਜਦੋਂ ਅਸੀਂ ਉੱਥੋਂ ਮੁੜੇ ਤਾਂ ਉਸ ਵੇਲੇ ਉਹੀ ਕੁਛ ਹੋਇਆ ਜੋ ਸਰਕਾਰਾਂ ਕਰਦੀਆਂ ਹੁੰਦੀਆਂ। ਸਰਕਾਰਾਂ ਨੇ ਇਸ ਏਕੇ ਤੋਂ, ਜਿਹਦੋਂ ਬੁਖਾਰ ਚੜ ਗਿਆ ਸੀ ਸਰਕਾਰਾਂ ਨੂੰ, ਕੰਬਣੀ ਛਿੜਦੀ ਸੀ ਇਸ ਏਕੇ ਤੋਂ, ਉਹਨੂੰ ਤੋੜਨ ਵਾਸਤੇ ਫਿਰ ਇਹ ਇੱਕ ਸਾਜਿਸ਼ ਦੇ ਤਹਿਤ ਰੌਲਾ ਪਾਇਆ ਜੀ, ਅੰਦੋਲਨ ਵਿਕ ਗਿਆ ਜੀ, ਫਲਾਉਣਾ। ਗਰਾਊਂਡ ਰਿਐਲਿਟੀ ਇਹ ਆ ਵੀ ਇਹ ਕੁਛ ਨਹੀਂ ਸੀ, ਐਸਾ ਕੁਛ ਨਹੀਂ ਸੀ ਹੋਇਆ, ਸਾਰਾ ਖੇਡ ਕੇਂਦਰ ਸਰਕਾਰ ਦੀ ਸੀ। ਔਰ ਹੁਣ ਫਿਰ ਮੈਨੂੰ ਇਹਦੇ ਬਾਰੇ ਪਤਾ, ਮੈਂ ਜਲੰਧਰ 'ਚ ਇਹੀ ਅਪੀਲ ਕੀਤੀ। ਉਹਦੇ ਬਾਅਦ ਫਿਰ ਸਾਰਿਆਂ ਨੇ ਕਿਹਾ 18 ਤਾਰੀਖ ਦੀ ਮੀਟਿੰਗ ਰੱਖੋ ਜੀ ਛੇਤੀ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਰਹੇ ਹੋ? ਕਹਿੰਦੇ ਜੀ ਹਾਂ, ਤੁਸੀਂ ਹਾਲ ਬੁੱਕ ਕਰਾ ਦਿਓ। ਮੈਂ ਹਾਲ ਬੁੱਕ ਕਰਾ ਦਿੱਤਾ। 16 ਤਰੀਕ ਨੂੰ ਕੁਛ ਬੰਦਿਆਂ ਨੇ ਕਹਿ ਦਿੱਤਾ ਜੀ ਮੀਟਿੰਗ ਪੋਸਟਪੋਨ ਕਰਤੀ, ਤੇ ਮੈਂ ਇੱਕ ਪੋਸਟ ਪਾ ਕੇ ਕਿਹਾ ਵੀ ਕੋਈ ਭਾਈ ਏਦਾਂ ਦੀ ਗੱਲ ਨਹੀਂ ਕਰਨੀ, ਕਿਸੇ ਨਾਲ ਕੋਈ ਗਰੁੱਪਿਜ਼ਮ ਦੀ ਗੱਲ ਨਹੀਂ, ਆਓ ਸਾਰੇ ਫੇਰ ਬੈਠੀਏ, ਏਦਾਂ ਕੋਈ ਇਕੱਲਾ ਮੀਟਿੰਗ ਕੈਂਸਲ ਨਹੀਂ ਕਰ ਸਕਦਾ। ਉਦੋਂ ਸਵੇਰੇ ਉਹਨਾਂ ਦੀ ਕਮੇਟੀ ਆ ਕੇ ਮੈਨੂੰ ਮਿਲੀ,
मैं उन्होंने नाराजगी जाहिर की थी भी असी एक तिरछी जन सलाहतन कर लेंगे जो पोस्टपोन करनी सी उन्होंने कुछ होर एक दो ग्रुपा के रेजरवेशन जिड़ियाँ बड़िया रीजनेबल गल उन्होंने कीतियां मैं क्या ठीक है तुसी सॉर्ट आउट कर लो वो मैंने कह के गए भी तुहाडे नाल कोई रौला नहीं प्रधान है कुछ जथेबंदियों ने प्यार कोशिश करेंगे बचे राज्यवाल कुछ रहे ना रहे मैं मेरी ये मानसिकता है तो इस करके मैं उम्मीद है जो अंदोलन शुरू करना है उदों तक कुछ कंक्रीट और पंजाब दे भले दा कढ़न विच सफल होवांगे। राजीवड़ साहब इत्थे ना हुण तुसीं पंजाब पंजाबी दी गल कीती भी बुला बुरा भला भी कहणगे तां मैं तैयार हां मानसिक तौर ते आपां होर गल्लां विचार रहे हां कितने ना कितने जो जिदां चड़ूनी साहब कहिंदे हुंदे चलो उहनां नूं छड्ड दिंदे तुसीं कितने ना कितने कोई रिग्रैट्स आउंदा तुहाडे दिमाग च कुछ पछतावा कि यार मैनूं उहनां ने सीएम दी कुर्सी दित्ती सीगी और जे चाहुंदे तुसीं अज पंजाब दे सीएम होणा वी सी इह च कोई दोराय नहीं है पर तुसीं डिनाइड कीता पर अज कोई रिग्रैट सेगा कि यार आ जिहड़े मुद्दे बड़े गंभीर ने पानिया का लै लो बाकी होर बहुत ने जिहड़े अज आपां नहीं विचारांगे क्योंकि फिर किस दिन विचार लाँगे जिन्हां पिछे तुहानूं संघर्ष करना पिया पर सीएम की पावर हुंदी है मैं बड़ा बड़ा स्टैंड लै सकदा सीगा कितें उह पछतावा कितें ना कितें दिमाग नूं तंग करदा जी। नहीं मैनूं सीएम दे अहुदे दा कोई पछतावा नहीं मेरे मन में एक अफसोस मैं जरूर है क्योंकि फाइनल हो गया सी यू विल बी द चीफ मिनिस्टर सारी गल सिरे लगी तो सारे ने जो कहा हाँ वो समझौता करो लास्ट मूवमेंट से कुछ लोगों ने कहा नहीं जी वो तो बड़ा माड़ा बंदा वो समझौता नहीं करना तो मैं मेरा उन्होंने कहना सी भी देखो मैं थानू नहीं छड़ना मैं चीफ मिनिस्टरी के अहदे न कोई प्यार नहीं साड़ी एकता रहनी जरूरी है मैं जो आखोगे वह करा पर एक ख्याल करो भी एवं बिना सोचे समझे अज एक फैसला लेने की समर्था तुहाडे हाथ जा रही है इन छोगे फिर नुकसान होएगा उन्होंने कहा नहीं जी तुसी छड़ो उहदे नाल नहीं लड़ना मैं कहा ठीक है फिर मैनू ना कहो तू इलैक्शन लड़ मैं नहीं इलैक्शन लड़नी मैं कोई सारी उम्र इलैक्शन लड़ी नहीं हुण मैं नहीं लड़नी तुसी मैनू कहिंदे सी लड़ तां मैं तुहाडे नाल तैयार होया सी हुण जो तुसी कहोगे जिहनू कहोगे उहदी सपोर्ट कर देंगे कुछ दिन पल्ले मीटिंगां करदे रहे हो मैनू बुलाया ही ना फिर बुला के उन्होंने कहा भाई राजेवाल साहब आओ साडे कोल मैं कहा तुसी की करदे हो इत्थे मीटिंग करदे हो मैनू नहीं दस्सिया कहिंदे फैसला कर लिया इलैक्शन लड़नी है मैं कहा दसो किहने कहते तो अगवाई च लड़नी है मैं मैं नहीं लड़नी दो घंटे एक समान पिया नहीं जी तुसी कौन हो जी गुरु साहब नू पंज बंदिया ने कहा असी ओ नहीं जवाब दे सके असी सारे कहने तुसी कौन हो उही फार्मूला रह जांदा है और मैनू नहीं पता किहड़े वेले मेरे मगर एक पट्टा लिया के खड़ा करता संयुक्त समाज मोर्चे का सारी प्रेस कॉन्फ्रेंस मैं एक शब्द नहीं बोलिया उही लोग सारी प्रेस कॉन्फ्रेंस नू एड्रेस करते रहे उन्होंने एप्लीकेशन मंगियां 3300 एप्लीकेशन आई उन्होंने टिकटा वंडियां टिकटा वंड के पेपर फाइल कराते 10 दिन बाद मैनू कहिंदे ने हुण पेपर विड्रा कर लो मैं कहा क्यों कहिंदे हुण फैसला कर लिया भी नहीं लड़नी मैं कहा देखो ये मैनू अज मंजूर नहीं क्योंकि जिहड़े 102 बंदे तुसी खड़े कीते है मेरे नाँ ते कीते है मैं उन्हां नूं धोखा नहीं देना मैं किसे नूं धोखा देना सिखिया नहीं कहिंदे असीं विरोध करांगे मैं कहा मैनूं एक भी वोट ना पए मैनूं इस गल दी नहीं असूल दी गल करनी है मैं उन्हां नूं धोखा नहीं देना तुसीं विरोध करो मैनूं वोट पए ना पवे मैं कल्ला भी तुरिया फिरूं प्रक्रिया उस वे हुई मैं इस गल का नहीं तकलीफ भी मैं चीफ मिनिस्टर नहीं बनिया मैं इस गल की तकलीफ है भी जिन्होंने लोगों ना छड़न वास्ते चीफ मिनिस्टरी छड़ी जिन्होंने लोगों को कहा मैं तुहाते बिना नहीं जाता उन्होंने लोगों को इहदा किन्ना अहसास है इहदी इह मेरे अंदर मलाल जरूर है मैं उन्होंने हुण जे मिलदे ने मैं कहना होए मैं तां तुहाडे पिछे चीफ मिनिस्टरी नूं लत्त मारती तुसीं कितें तां खड़ जाओ इन्ना मन चाहेगा। चलो राजीवाल साहब जिहड़ा वक्त निकल गया सर वापस नहीं आना जो हो गया हुण तुसीं फूक फूक के स्टैप रख रहे हो
भारत के संविधान भी ना कोई धक्का लगे तो पंजाब पंजाबीयत भी बची रहे। अगेन अपने को दो मिनट है सर, NRI जो तुम कोई संदेशा देना चाहो तो बड़े खुल के दे सकते हो। मैं जिथे शुरू में सब तो पहला अपने इन्होंने भरावान का दिलों धन्यवाद किया। आया मैं स्पैशली इसे कर रहा एक दो प्रोग्राम है जिन्होंने मैं सारे जो कट कर रहे हैं मैं धन्यवाद करने वास्ते जा रहा हूँ। मैं कोई उसे कोई पोलीटिकल इशू नहीं, कुछ होर डिस्कशन नहीं, सिर्फ उन्होंने जो कंट्रीब्यूट किया धन्यवाद। और यही भी अपन जड़ा इस तरह जुड़े रहो, असं सारे मिलकर एक ताकत हाँ, खिड़ के साड़ी ताकत बंडी जाती है। सानू पंजाबी साड़ा चेहरा मोहरा भी वक्रा है, असी एक वक्री किस्म की मैं कहांगा स्पीसी वक्री किस्म दी आ कुदरत ने साजी है लड़न नू। और असी देश के हित च कोई भी गल होवे सब तो मोहरी होकर लड़न वाले असी आ। मैं एक होर बेनती करनी चाहांगा, मेरे को एक बड़े उच्च अधिकारी थोड़े दिन होए एक साढ़े सज्जन मौजूदा सरकार फसाना चाहती सी, उन्हें एक बड़ा वड्डा जलूस कढ़िया और मैनू ओ सद्या। मैनू आके एक रिश्तेदार ने कहा भी अंकल एक सज्जन तुहानू मिलन आए ने, वो बड़े सीनियर अफसर सी दिल्ली सरकार च। वो मैनू कहते असं तुहानू बुलाउने आ, तुसीं साडे बुलाए दिल्ली आउंदे नहीं। मैं हुण तुसीं सर्विंग हो भाई, जदों रिटायर होंगे फिर मैं आऊँगा, दसो की है। वो कहते भी असलीयत यह है भी 23 जनवरी जदों थोड़ी लास्ट मीटिंग होंदी है 26 जनवरी तो पहला सरकार कानून वापस लैण लई तैयार हो गई सी। सरकार ने उस वेले एक इनपुट आ गई होम मिनिस्ट्री को भी जे अज तुसी कानून वापस ले ले एक सिख चेहरा सारी दुनिया च अगे आउंदा है। ये पॉलिटिकली तुहानू सूट नहीं करदा, किसे हिंदू चेहरे नू बिल्ड करके अगे लियाओ और फिर तुसी कानून वापस लो। वो कहिंदे भी उहदे खातर सरकार उड़ीकदी रही जिहड़ा तुहाडा भाईचारा विदेशां च बैठा सी। मैं तां मेरा तां एक एक रूम तुहाडा करजाई आ। वो कहिंदे ने भी जिहड़ा विदेशां च भाईचारा बैठा सी उन्होंने एडी अत चक ली हर चौंक च विरोध UNO तक लै गए। तो मोदी ने कहा भी यह तो मेरी दुनिया च दफा पटती, उन्हें यूनिलेटरली कानून वापस लैण का अनाउंस करता। उहदे लई क्रेडिट गोज टू ऑल दोज पंजाबीज हू लिव अब्रॉड। जी 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 मैं तुहानू तुहाडे राही पंजाबियां नू उहनां दा धन्नवाद करना चाहुंदा। जे कानून वापस होए ने असीं कल्लियां ने बिलकुल नहीं कराए, मैं इहदा क्रैडिट बिल्कुल नहीं लैंदा और ये क्रैडिट सारिआं नूं जांदा। तुहाडी जिहड़ी जिहड़ी कंट्रीब्यूशन सी हर चौंक च खड़न दी, हर लैवल ते चाहे पोलीटिकल लोकां नूं इत्थे प्रैशराइज़ करन दी, उहनें इह मोर्चा फतेह कराया। और इह तों अज मोदी सरकार दे अंदर इक गल बैठी हुई है भी जे कोई भी मोर्चा लगदा पंजाबी ला के मोर्चा पिछे नहीं हटदे, इहनां नूं किसे तरह दबा के रखो। बाकी देश के किसी हिस्से च उन्होंने इन्नी इन्नी कोई कम्युनिटी नहीं चाहती जिन्ना तुसी चाहते हो। जी 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 राजवाल साहब तुहानू कोशिश करांगे जिन्ने चिर तुसी इत्थे अमेरिका की धरती तो एक दो बार तुहानू फिर लोगों के रूबरू करांगे। अज वक्त कढ़िया बहुत शुक्रगुजार हाँ सर, आपका पूरा ख्याल रखना अमेरिका दे विच ते असीं तुहाडे नाल कॉन्टैक्ट करांगे फिर तुहानू फिर रूबरू करांगे। अज तुसी टाइम कढ़िया बहुत बहुत धन्यवाद सर। बहुत बहुत मेहरबानी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਫਤਿਹ। ਦਰਸ਼ਕੋ ਸੀਨੀਅਰ ਕਿਸਾਨ ਨੇਤਾ ਬਰਵੀਰ ਸਿੰਘ ਰਾਜੇਵਾਲ ਆਪਦੀ ਸਾਰੀ ਫੀਲਿੰਗਸ ਉਹਨਾਂ ਨੇ ਕੱਢ ਕੇ ਬਾਹਰ ਰੱਖ ਦਿੱਤੀ, ਸ਼ੁਕਰਗੁਜ਼ਾਰ ਵੀ NRIs ਦੇ ਅਤੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਤੁਹਾਡੇ ਫਿਰ ਰੂਬਰੀ ਕੀਤਾ ਜਾਵੇ। ਅੱਜ ਦਾ ਪ੍ਰੋਗਰਾਮ ਕਿੱਦਾਂ ਦਾ ਰਿਹਾ ਟਿੱਪਣੀਆਂ ਦੀ ਵੇਟ ਰਹੂਗੀ। ਅੱਜ ਦਾ ਪ੍ਰੋਗਰਾਮ ਇੱਥੋਂ ਤੱਕ ਹੀ ਸੀ, ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।